ਓਏ ਹੋ ਕੀ ਗਿਆ? ਮਾਂ ਬਥਾੜੇ ਤੇ ਮਰੂਆ, ਗੱਲ ਦੱਸਦੇ ਕੀ ਹੋ ਗਈ ਯਾਰ? ਕੀ ਹੋ ਗਿਆ? ਕਰੰਟ ਲੱਗ ਗਿਆ? ਕੀ ਕਰਤਾ? ਕੋਈ ਛੇੜ ਛੂੜ ਤਾਂ ਨੀ ਦਿੱਤਾ ਕਿਸੇ ਨੂੰ? ਕੁਛ ਕਹਿਤਾ ਹੋਵੇ? ਤਿੰਨ ਡਾਂਗਾਂ ਲਾਈਆਂ ਹੈ? ਹਾਂ, ਤਿੰਨ ਲੱਤਾਂ ਮਾਰੀਆਂ? ਕਿਹਨੇ ਮਾਰੀਆਂ ਤਿੰਨ ਲੱਤਾਂ? ਉਹ ਭਰਾ ਮਾਰ, ਚੱਲ ਦੱਸ ਦੇ ਕੀ ਹੈ? ਸੀਂਟ ਲਾਈ ਜਾਂਦਾ ਫਿਰ ਕੀ ਝੂਠ ਕਿਹਾ ਉਹਨਾਂ ਨੇ? ਰੋਨਾ ਕਿਉਂ? ਕਹਿੰਦੇ ਤੇਰਾ ਭਾਈ, ਮੈਨੂੰ ਕਹਿੰਦੇ ਤੇਰਾ ਭਾਈ ਕੁੱਤਾ। ਉਹ ਤਾਂ ਕੋਈ ਹੋਰ ਫਾਨਾ ਛੇੜਿਆ ਆਉਣਾ ਉੱਥੇ ਯਾਰ, ਤਾਂ ਲਾਏ ਹੋਣੇ ਉਹਨਾਂ ਨੇ ਤੇਰੇ। ਮੇਰੀ ਗੱਲ ਸੁਣਾ, ਤੈਨੂੰ ਵੀ ਨੀ ਪਤਾ ਇਹਨਾਂ ਗੱਲਾਂ ਦਾ, ਅੰਡਰਗਰਾਊਂਡ ਗੱਲਾਂ ਨੇ ਮੇਰੇ ਆ ਗਿਆ ਯਾਦ। ਤੇਰਾ ਜਨਮ ਦਿਨ? ਮੇਰਾ ਜਨਮ ਦਿਨ? ਤੇਰਾ ਜਨਮ ਦਿਨ ਅੱਜ ਗੰਜਰਾ? ਓਏ ਹੋਰੇ, ਦਾ ਡੇਢ ਮਹੀਨਾ ਪਿਆ ਮੇਰੇ ਜਨਮ ਦਿਨ ਚ ਤਾਂ। ਤੈਨੂੰ ਕੀ ਪਤਾ ਗੰਜਰ ਦਾ, ਤੂੰ ਤਾਂ ਹੋਇਆ ਦੀ ਉਦੋਂ, ਤੂੰ ਤਾਂ ਨਿਆਣਾ ਦੇ, ਤੈਨੂੰ ਕੀ ਪਤਾ ਹੈ? ਮੈਂ ਅੰਦਰ ਦੀ ਉਦੋਂ, ਉਹ ਤਾਂ ਉਹਨੂੰ ਵੀ ਨੀ ਸੁਰਤ ਦੀ, ਕਈ ਦਿਨਾਂ ਬਾਅਦ ਤਾਂ ਸੁਰਤ ਆਈ ਹੈ ਉਹ ਤੁਹਾਨੂੰ। ਤੈਨੂੰ ਮੈਨੂੰ ਪਤਾ ਤੁਹਾਡੇ ਚੌਕੀਦਾਰ ਬੋਲਾ ਦੀ ਜਿਹੜਾ ਗਲਤ ਲਿਖ ਕੇ ਲੈ ਗਿਆ ਮੇਰੇ ਸਾਹਮਣੇ, ਗਲਤ ਲਿਖਤਾ ਪਰ ਮਰ ਓਏ, ਪਕਾਈ ਨਾ ਮਰ ਮੈਨੂੰ। ਸੁਣਾ, ਤੇਰਾ ਪੈਣਾ ਦੀਆਂ ਗਾਲਾਂ ਦਿੰਦਾ ਤੇ ਤੈਨੂੰ, ਤੇਰਾ ਜਨਮ ਦਿਨ ਦੀ ਮੈਂ ਬਣਾ ਲਿਆ ਮੀਟ ਸੱਤਾ ਤੇ, ਇਹ ਸਤਨਾਮ ਆ ਗਏ ਬਈ ਉੱਥੇ। ਮੈਂ ਉਹਨਾਂ ਨੂੰ ਕਿਹਾ ਸਾਡੇ ਜਿਹੜਾ ਦਾ ਜਨਮ ਦਿਨ ਆ, ਮੈਂ ਉਹਨੂੰ ਵਿਸ਼ ਕਰਾਂਗੇ, ਆਪਾਂ ਵਿਸ਼ ਕਰਾਂਗੇ ਕੀ। ਮੈਂ ਮੀਟ ਇਹਨੇ ਬਣਾ ਦਿੱਤਾ, ਜਦੋਂ ਬਣ ਬੁਣ ਗਿਆ ਲੱਤ ਮਾਰ ਕੇ ਡੋਲਤਾ ਬਈ ਉਹਨਾਂ ਦੇ, ਨਾਲੇ ਮੈਂ ਕੁੱਟਿਆ। ਕਹਿੰਦੇ ਤੇਰੇ ਭੁੱਲ ਦੀ ਭੈਣ ਦੀ, ਤੇਰੇ ਭੁੱਲ ਦੀ। ਚੱਲ ਤੂੰ ਐਂ ਕਰ, ਬੈਠ ਮੇਰੇ ਨਾਲ, ਚੱਲ ਉਹਨਾਂ ਦੇ ਘਰੇ ਚੱਲਦੇ ਇੱਕ ਵਾਰੀ। ਉਹਨਾਂ ਦੇ ਘਰੇ ਨੀ, ਫੇਰ ਚੱਲਾਂਗੇ, ਪਹਿਲਾਂ ਆਪਣੇ ਘਰੇ ਚੱਲ। ਓਏ ਆਪਣੀ ਚੱਲਦੇ ਆ। ਆ ਓ ਬਹਿ ਜਾ, ਮੋੜ ਲੈ। ਆ ਪਹਿਲਾਂ ਚੁੱਪ ਕਰ ਓਏ। ਸਿੱਧਾ ਬਹਿ ਜਾ, ਉਹ ਖੰਭੇ ਚ ਫਸਾ ਲੇਗਾ ਖਰੋੜਾ। ਆ ਗਈ ਮੈਂ, ਤੂੰ ਆ ਗਈ, ਇੰਨਾ ਟਾਈਮ ਲਾਇਆ ਈ ਨੀ? ਟਾਈਮ ਤਾਂ ਲੱਗ ਗਿਆ, ਭੀੜ ਸੀਗੀ, ਮਸਾਂ ਵਾਰੀ ਆਈ ਮੱਥਾ ਟੇਕਣ ਦੀ। ਮੈਨੂੰ ਐਂ ਲੱਗਿਆ ਮੈਂ ਬਸ ਉੱਤਰੀ ਮਗਰਲੀ ਟਾਕੀ, ਮੂਹਰਲੀ ਟਾਕੀ ਚੜੀ ਜਮਾ ਤੇਰੀ ਮਾਂ ਵਰਗੀ। ਮੇਰੀ ਮਾਂ ਵਰਗੀ ਕੀ? ਮੇਰੀ ਮਾਂ ਹੀ ਸੀ। ਹਰ ਕਿੰਨਾ ਟਾਈਮ ਹੋ ਗਿਆ ਮਾਂ ਨੂੰ ਆਈ ਨੂੰ ਇੱਥੇ ਬੈਠੀ ਨੂੰ, ਤੈਨੂੰ ਡੀਕ ਡੀਕ ਕੇ ਵਿਚਾਰੀ ਫਿਰ ਚਲੇ ਗਈ, ਭੱਗ ਵੀ ਗਈ, ਤੋਰ ਵੀ ਦਿੱਤੀ। ਲਾਜ਼ਮੀ ਝੋਲੇ ਭਰ ਕੇ ਤੋਰੀ ਹੋਊਗੀ, ਸੱਸ ਹੈ ਨਹੀਂ ਸੀ, ਮਨ ਮਰਜ਼ੀਆਂ ਕੀਤੀਆਂ ਹੋਣਗੀਆਂ। ਨਾ ਮੈਨੂੰ ਐਂ ਦੱਸ, ਝੋਲੇ ਭਰਨ ਨੂੰ ਕੀ ਅੰਬਾਨੀ ਦਾ ਘਰ ਹੈ? ਕੀ ਤੇਰੀ ਦਾਖਾ ਲੈ ਗਈ ਚੱਕ ਕੇ ਮਰੀ ਜਾਂਦੀ ਆ? ਨਾ ਅੰਬਾਨੀਆਂ ਦੇ ਘਰੇ ਜ਼ਿਆਦਾ ਕੁਛ ਹੁੰਦਾ, ਮੇਰੇ ਘਰੇ ਕੀ ਨੀ ਹੈਗਾ, ਮੈਨੂੰ ਦੇਖ ਲੈਣ ਦੇ। ਜੇ ਕੋਈ ਹੋਈ ਘਾਟ ਬਾਅਦ ਤੇ ਫੇਰ ਆਪਦੇ ਚਿੱਤ ਨੂੰ ਸੋਚ ਲਈ। ਮੇਰੀ ਗੱਲ ਸੁਣ ਲਾ, ਤੁਹਾਡੇ ਨਾਲੋਂ ਜ਼ਿਆਦਾ ਨਾ ਸਾਡਾ ਘਰ ਭਰਿਆ ਪਿਆ ਗੱਲਾਂ ਮਾਰਦੀ ਆ। ਮੇਰੀ ਮਾਂ ਤਾਂ ਵਿਚਾਰੀ ਸੀ ਗੋਲੋ ਦਾ ਪਤਾ ਲੈਣ ਆਈ ਸੀ। ਹਾਂ ਓਹੋ, ਇਹ ਗੋਲੋ ਨਾ ਹੋ ਗਈ, ਇਹ ਤਾਂ ਤੇਰੀ ਉਹ ਹੋ ਗਈ ਸਾਗਰ ਦੀ ਬੋਟੀ ਵਾਲੀ ਗੱਲ, ਚੱਕੀ ਤੁਰੇ ਫਿਰਦੇ ਉਸੇ ਨੂੰ ਹੀ। ਉਹੀ ਉਹ ਇੰਡਕਾ ਵਾਲਾ ਕੀ ਕਹਿੰਦੇ ਹੋ ਤੁਸੀਂ, ਆ ਚੱਕੀ ਫਿਰਦੇ ਹੋ ਤੇਰੇ ਵਰਗੀਆਂ ਮੋਬਾਈਲਾਂ ਚ, ਆ ਦੇਖਿਆ ਨੀ ਜਣੀ ਕਣੀ ਗਾਈ ਜਾਂਦੀ ਆ। ਮੈਨੂੰ ਨੀ ਪਤਾ ਸਾਗਰ ਦੀ ਬੋਟੀ ਵਾਲੀ ਦਾ, ਸਮਝ ਆਈ? ਮੇਰੀ ਗੋਲੋ ਤਾਂ ਗੋਲੋ ਹੀ ਰਹੂਗੀ ਨਾਲੇ। ਘਰੇ ਆਉਂਦੀ ਘੇਰ ਲਈ ਨੀ, ਨਾ ਚਾਹ ਨਾ ਪਾਣੀ, ਐਡੀ ਪੁੱਠੇ ਪੈਰਾਂ ਦੀ ਹਵਾ ਕੀ ਕੀ ਸਿਖਾ ਕੇ ਗਈ ਆ ਤੈਨੂੰ? ਨੀ ਸੱਸੇ ਕਪੱਤੀਏ, ਮੇਰੀ ਗੱਲ ਸੁਣ ਲਾ, ਪੁੱਠੇ ਹੋਣ ਪੈਰ ਤੇਰੇ, ਤੇਰੀ ਮਾਂ ਦੇ, ਤੇਰੇ ਮੁੰਡੇ ਦੇ, ਚਵਲ ਜੇ ਦੇ, ਗੱਲਾਂ ਕਰਦੀ ਆ ਇੱਥੇ ਆ ਕੇ। ਤੇ ਜੀ ਕਿਵੇਂ ਚੱਲਦੀ ਆ? ਨੀ ਇਹਦੇ ਕਿਤੇ ਸੁੱਚ ਸੱਚ ਹੈਗੀ ਆ, ਕੱਟ ਲਿਆ ਕਰ। ਨਾਲੇ ਪੁੱਠੇ ਪੈਰ ਵਾਲਾ ਮੇਰੇ ਪੁੱਤ ਨੂੰ ਕਹਿਣੀ ਆ, ਉਸੇ ਦਾ ਕਮਾਇਆ ਖਾਣੀ ਆ ਸਾਰਾ ਦਿਨ। ਗੁਰਦੁਆਰੇ ਤੋਂ ਆਈ ਆ, ਤੈਨੂੰ ਬਾਬਾ ਇਹ ਨੀ ਸਿਖਾਉਂਦਾ ਵੀ ਘਰੇ ਕਲੇਸ਼ ਨੀ ਕਰੀਦਾ, ਮੂੰਹ ਤਾਂ ਚੇਪੀ ਲਾ ਕੇ ਰੱਖੀ ਦੀ ਆ।
ਵੀ ਬਾਬਾ ਐ ਕਹਿੰਦਾ ਆ ਕਲੈਣੀ ਨੂੰ ਕਹਿੰਦਾ ਮਾੜਾ ਜਿਹਾ ਹੱਥ ਚ ਰੱਖਿਆ ਕਰ ਆ ਮਾਂ ਕਰੋ ਜਿਹੜੀ ਤੇਰੀ ਮਾਂ ਆਉਂਦੀ ਹੈ ਨਾ ਮੈਨੂੰ ਲੱਗਦਾ ਲਾਜ਼ਮੀ ਕੋਈ ਵਾਕਾ ਕਰਕੇ ਗਈ ਹੋ ਵੀ ਮੈਨੂੰ ਐਂ ਦੱਸ ਮੇਰੇ ਮਾਂ ਕਰੋ ਨਹੀਂ ਦਿਸਦਾ ਹੁੰਦਾ ਉਹਨੂੰ ਆਉਣਾ ਜਦੋਂ ਵੀ ਆਊ ਮੈਥੋਂ ਪਿੱਛੋਂ ਆਉਂਦੀ ਹੈ ਮੇਰੇ ਹੁੰਦੇ ਘਰ ਤੋਂ ਨਹੀਂ ਆਉਂਦੀ ਮੇਰੇ ਹੁੰਦੇ ਆਵੇਗਾ ਉਹਨੂੰ ਠੇਕਾ ਲਿਆ ਸੀ ਤੇਰਾ ਵੀ ਤੂੰ ਕਿਤੇ ਗਈ ਹੋਈ ਆ ਉਹ ਤਾਂ ਵਿਚਾਰੀ ਆ ਗਈ ਮਸਾਂ ਨੂੰ ਟਾਈਮ ਲੱਗਿਆ ਆਉਣ ਦਾ ਅੱਛਾ ਮਸਾਂ ਟਾਈਮ ਲੱਗਿਆ ਉਹਨੂੰ ਆਉਣ ਦਾ ਠੇਕਾ ਤਾਂ ਆਹੀ ਲਿਆ ਤੇਰੀ ਸੱਸ ਘਰੇ ਨਾ ਹੋਵੇ ਉਦੋਂ ਆਵੇ ਨੀ ਤੂੰ ਕਿਹੜਾ ਕੱਲਾ ਗੁਰਦੁਆਰੇ ਗਈ ਹੋਣੀ ਆ ਮੈਨੂੰ ਤੇਰਾ ਸਾਰਾ ਪਤਾ ਇੱਥੇ ਪਿੰਡ ਦੀਆਂ ਜਨਾਨੀਆਂ ਇਕੱਠੀਆਂ ਹੋ ਕੇ ਵਗ ਜਾਂਦੀਆਂ ਨੇ ਮੁੜ ਕੇ ਇੱਥੇ ਬਾਜ਼ਾਰਾਂ 'ਚ ਵੜ ਜਾਂਦੀਆਂ ਨੇ ਘੰਟਾ ਘੰਟਾ ਬਾਜ਼ਾਰ 'ਚ ਤੇਰਾ ਬਾਪੂ ਬੈਠਾ ਕੋਈ ਵੀ ਉਹਦੇ ਕੋਲੇ ਵਗੀ ਮੈਂ ਤੇ ਮੱਥਾ ਟੇਕਣ ਨੂੰ ਐਂ ਦੱਸੀ ਕਿੰਨਾ ਕੁ ਟਾਈਮ ਲੱਗਦਾ ਜੇ ਕਦੇ ਗਈ ਹੋ ਮੈਂ ਫੇਰ ਪਤਾ ਲੱਗੇ ਐਡੀ ਵੱਡੀ ਲਾਈਨ ਲੱਗੀ ਪਈ ਸੀ ਨੀ ਬਾਰੀ ਨਹੀਂ ਆਈ ਮੈਨੂੰ ਤਾਂ ਚੱਕਰ ਆਉਣ ਲੱਗ ਗਏ ਉੱਥੇ ਚੱਲ ਮੈਨੂੰ ਸਾਰਾ ਪਤਾ ਜੇ ਵਗ ਜਾਪ ਦਾ ਕੰਮ ਕਰ ਲਾ ਚੁੰਡਲ ਜੀ ਨੇ ਕਿੱਥੋਂ ਲਹੂ ਪੀਤਾ ਆਉਂਦੀ ਹੋਈ ਘੇਰ ਲਈ ਮੈਂ ਤਾਂ ਨਾ ਘੇਰਦੀ ਫਿਰ ਮੇਰਾ ਵੀ ਦਿਮਾਗ ਹੀ ਖਰਾਬ ਆ ਸੁਣ ਕਰਤਾ ਆਉਂਦੀ ਨੇ ਦਿਮਾਗ ਲੈ ਗੋਲੋ ਮੈਂ ਤਾਂ ਤੇਰੇ ਵਾਸਤੇ ਪਾਣੀ ਲਿਆਉਂਦੀ ਸੀਗੀ ਪੀ ਲਾ ਮੈਨੂੰ ਲੱਗਦਾ ਹੁਣ ਗਰਮੀ ਬਾਹਲੀ ਹੋਈ ਜਾਂਦੀ ਆ ਤੈਨੂੰ ਤਾਂ ਛੱਤਰੀ ਲਵਾ ਕੇ ਦੇਣੀ ਪੈਣੀ ਆ ਇੱਕ ਤਾਂ ਨਾ ਗੋਲੋ ਦਿਨ ਤੈਨੂੰ ਕਿੰਨਾ ਮਾੜਾ ਬੋਲਦੀ ਆ ਇਹ ਕੋਈ ਨਹੀਂ ਇਹਨੂੰ ਤਾਂ ਮੈਂ ਆਪੇ ਸੂਤ ਕਰ ਦੂੰ ਪਰ ਤੂੰ ਘਬਰਾਈ ਨਾ ਚੰਗਾ ਤੇਰੇ ਨਾਲ ਮੈਂ ਹੈਗੀ ਹਾਂ ਨਾਲੇ ਨਾ ਮੈਨੂੰ ਲੱਗਦਾ ਬਾਹਲਾ ਧਿਆਨ ਨਾਲ ਦੇਖਦੀ ਹੁੰਦੀ ਆ ਤੈਨੂੰ ਨਜ਼ਰ ਨਾ ਲਾ ਦੇ ਹੁਣ ਮੈਂ ਤੈਨੂੰ ਨਾ ਕਾਲਾ ਟਿੱਕਾ ਲਿਆ ਕੇ ਲਿਆਉਂਦੀ ਹਾਂ ਚੰਗਾ ਮੈਂ ਇਸ ਨਾਲ ਗੱਲਾਂ ਕਰੀ ਜਾਂਦੀ ਆ ਇਹਨਾਂ ਨੂੰ ਅਕਲ ਕਿਉਂ ਨਹੀਂ ਸਾਰਾ ਟੱਬਰ ਹੀ ਕੰਮ ਲਾਇਆ ਕਰਦਾ ਪਸ਼ੂਆਂ ਨਾਲ ਗੱਲਾਂ ਕੌਣ ਕਰਦਾ ਹੁੰਦਾ ਬੱਚੀ ਗੋਲੋ ਦੀ ਗੋਲੋ ਗੋਲੋ ਇੱਕੋ ਹੀ ਰੱਟਾ ਲਾ ਕੇ ਪਾਣੀ ਨਹੀਂ ਪੁੱਛਿਆ ਆ ਪੀ ਪੀ ਲੈ ਕਰਨਾ ਤੈਨੂੰ ਕਿਹੜਾ ਪਾਣੀ ਪਿਆਊਗੀ ਇਹ ਯੇ ਵਾਲੀ ਜਗ੍ਹਾ ਹੈ ਯੋ ਕੀ ਹੋ ਗਿਆ ਮੁਕੇਸ਼ ਵਾਲਾ ਨਹੀਂ ਹੈ ਹੈਗਾ ਤਾਂ ਉਹੀ ਹੈ ਮੋਟਾ ਜਿਹਾ ਉਹ ਬਾਈ ਨਮਸਕਾਰ 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 ਕੈਸੇ ਹੋ ਕੈਸੇ ਹੋ ਠੀਕ ਠਾਕ ਹੈ ਜੀ ਉਹ ਕਹਿੰਦਾ ਕੈਸੇ ਹੋ ਕਿਵੇਂ ਹੋ ਆਏਗਾ ਮੈਂ ਤੇ ਕਹਿੰਦਾ ਪੈਸੇ ਹੋ ਅਸੀਂ ਪੈਸੇ ਨਹੀਂ ਹੈਗੇ ਕੰਜਰ ਦਾ ਤੈਨੂੰ ਸਾਰੇ ਪਾਸੇ ਪੈਸੇ ਹੀ ਪੈਸੇ ਦਿੰਦੇ ਨੇ ਜਾਨਵਰ ਕੀ ਰੱਖਿਆ ਕਰਨਾ ਹੀ ਮੇਰਾ ਮੇਰਾ ਧਰਮ ਹੈ ਜਾਨਵਰ ਕੀ ਮੈਂ ਜੋ ਜਾਨਵਰ ਕੀ ਮੈਂ ਖਾਣਾ ਪੀਣਾ ਜਾਨਵਰ ਕਾ ਮੈਂ ਕਰਤਾ ਹੂੰ ਮੈਂ ਓਏ ਅਸੀਂ ਤਾਂ ਬੰਦੇ ਆ ਭਾਈ ਫਿਰ ਐ ਕਰ ਜ਼ਹਿਰੀਲਾ ਨਾਗ ਪਾਲਤਾ ਤੇਰੇ ਚਿੱਤਰਾਂ ਦੇ ਮਾਰੇ ਡੰਗ ਤੇਰੇ ਕੋਬਰਾ ਜੇ ਜਾਨਵਰ ਜੋ ਹੁੰਦੇ ਹੈ ਇਨਕੋ ਜੇ ਖਿਚੜੀ ਹਮ ਖਿਲਾਤੇ ਹੈ ਔਰ ਜੇ ਪੂਰਾ ਆਪਕਾ ਜੋ ਗਾਓ ਹੈ ਮੈਂ ਇਸੇ ਰੋਡੀ ਕੁਟ ਸੇ ਸਾਫ਼ ਕਰ ਦੂੰਗਾ ਔਰ ਮੈਂ ਯਹਾਂ ਪੇ ਜਾਨਵਰ ਛੋੜੂੰਗਾ ਮੇਰੀ ਗੱਲ ਸੁਣੋ ਥਾਪੜੇ ਮਾਰ ਮਾਰ ਕੇ ਤੇਰੀ ਚੂਲ ਚੁੰਗੀ ਕਰ ਦੇਣਗੇ ਨਾਲੇ ਮੈਂ ਤੈਨੂੰ ਦੱਸਾਂ ਖਿਚੜੀਆਂ ਖੁੱਤੜੀਆਂ ਉਹਦੇ ਦਾ ਖਾਮ ਬਿਮਾਰਾਂ ਨੂੰ ਨਹੀਂ ਮਿਲਦੀਆਂ ਖਿਚੜੀਆਂ ਤੂੰ ਉੱਥੇ ਹਾਂ ਉਹਨਾਂ ਨੂੰ ਪਾਈ ਜਾਂਦਾ ਜਾਨਵਰਾਂ ਜਾਨਵਰਾਂ ਨੂੰ ਯਾਰ ਤੂੰ ਪਹਿਲਾਂ ਤਾਂ ਤੂੰ ਮੇਰੇ ਨਾਲ ਐਂ ਗੱਲ ਕਰ ਦਾਣੇ ਤੇ ਗੱਲ ਕਰ ਹਾਂ ਹਨਾ ਤੂੰ ਸਾਡੇ ਪਿੰਡ ਕੀ ਕਰਦਾ ਮੈਂ ਪੁੱਛਿਆ ਮੈਂ ਮੇਰੀ ਗੱਲ ਸੁਣ ਕਿ ਗੱਲ ਸੁਣ ਲੈ ਤੂੰ ਐਂ ਦੱਸ ਤੂੰ ਤੇਰਾ ਵਿਆਹ ਕਰਾ ਲਿਆ ਗੁਰੂ ਲਿਆ ਤਾਂ ਚੱਲ ਕਰਾ ਲਿਆ ਹੋ ਗਿਆ ਚੱਲ ਨਿਬੜ ਗਿਆ ਕਰ ਮੇਰੀ ਮੇਰੀ ਰਾਧਿਕਾ ਪਸੰਦ ਆਈ ਆਪੋ ਰਾਧਿਕਾ ਪਸੰਦ ਆਈ ਮੇਰੀ ਹਾਂ 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 ਬਹੁਤ ਸੁੰਦਰ ਹੈ ਬਹੁਤ ਅੱਛੀ ਹੈ ਬਹੁਤ ਅੱਛੀ ਹੈ ਅੱਛੀ ਕੋ ਬਹੁਤ ਸੁੰਦਰ ਹੈ ਇਹ ਚ ਕੋਈ ਸ਼ੱਕ ਨਹੀਂ ਤੂੰ ਪਹਿਲਾਂ ਮੇਰੀ ਇੱਕ ਗੱਲ ਸੁਣ ਲੈ ਵਿਆਹ ਨਾਲ ਤੂੰ ਹੋਰ ਤਾਂ ਸਾਰੇ ਵਿਆਹ 'ਚ ਬੁਲਾ ਲਏ ਬਈ ਸਾਨੂੰ ਵਿਆਹ 'ਚ ਕਿਉਂ ਨਹੀਂ ਬੁਲਾਇਆ ਤਾਂ ਮੈਂ ਆਪਕੋ ਬੁਲਾ ਕੇ ਕਿਆ ਕਰਤਾ ਮੈਂ ਆਪਸੇ ਕੌਣ ਸਾ ਹਮਾਰੀ ਰਿਸ਼ਤੇਦਾਰੀ ਹੈ ਹੁਣ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਹੈ ਉਹ ਦਲਜੀਤ ਕਿਹੜਾ ਤੇਰਾ ਰਿਸ਼ਤੇਦਾਰ ਸੀ ਭੂਆ ਦਾ ਮੁੰਡਾ ਸੀ ਤੇਰਾ ਉਹ ਉਹ ਦਲਜੀਤ ਤੋਂ ਉਹ ਜੋ ਗਾਣੇ ਗਾਤਾ ਹੈ ਉਹ ਇਸੀ ਲਈ ਉਹ ਮਸ਼ਹੂਰ ਹੈ ਹਮ ਉਸੇ ਜਾਣਤੇ ਓ ਯਾਰ ਇੱਕ ਅੱਧਾ ਅਸੀਂ ਵੀ ਉਸੇ ਸਿੱਟ ਦਿੰਦੇ ਕੋਈ ਯਾਰ ਨਾਲੇ ਗੱਲ ਤਾਂ ਇਹ ਕਰਦੇ ਅਸੀਂ ਤੇਰੇ ਨਾਲ ਉਹਦੇ ਵਾਸਤੇ ਜਹਾਜ਼ ਭੇਜਤਾ ਹਾਂ ਲੈ ਦੱਸ ਉਹਦੇ ਵਾਸਤੇ ਜਹਾਜ਼ ਭੇਜਤਾ ਕਿਸੇ ਵਾਸਤੇ ਬੱਸਾਂ ਭੇਜਤੀਆਂ ਉਹ ਸਾਡੇ ਵਾਸਤੇ ਤੂੰ ਸਾਗਰ ਵਾਲੀ ਇੰਡ ਕੇ ਹੀ ਦੇ ਦਿੰਦਾ ਕੌਣ ਸਾ ਸਾਗਰ ਸਾਗਰ ਦੀ ਬਹੁ ਚਲਾਉਂਦੀ ਜਿਹੜੀ ਇੰਡਿਕਾ ਅੱਜ ਕੱਲ ਇੰਡਿਕਾ ਕਿੰਨੀ ਦਾ ਮਸ਼ਹੂਰ ਹੋ ਰਹੀ ਆ ਉਹੀ ਇੰਡਕੀ ਭੇਜ ਦਿੰਦਾ ਮੈਂ ਤਾਂ ਉਸੇ ਚਾਹਾਂ ਦਾ ਬੈਲਟ ਲਾ ਕੇ ਪਾਪਾ ਸੇ ਬਾਤ ਕਰਨਾ ਉਹ ਸਾਗਰ ਵਾਲੀ ਗਾਡੀ ਲੈ ਲੈਣੀ ਯਾਰ ਤੂੰ ਯਾਰ ਇਹਨੂੰ ਐ ਪੁੱਛ ਰੇ ਕਰਦੇ ਕੀ ਫਿਰਦੇ ਨੇ ਆਪਣੇ ਪਿੰਡ 'ਚ ਯਾਰ ਉਹੀ ਤੇਰਾ ਕਿਹੜਾ ਮੂੰਹ ਟੁੱਟ ਰਿਹਾ ਉਹ ਤੁਸੀਂ ਕਰਦੇ ਕੀ ਫਿਰਦੇ ਹੋ ਇਸ ਪਿੰਡ 'ਚ ਯਾਰ ਹਮ ਯਹਾਂ ਪੇ ਜੋ ਹੈ ਮਾਰੇ ਪਿਤਾ ਜੀ ਕਾ ਜੋ ਹੈ ਹਮ ਯਹਾਂ ਪੇ ਹਮ ਆਪਣੀ ਕੰਪਨੀ ਕੀ ਤਰਫ ਸੇ ਜੋ ਟਾਵਰ ਲਗਾਨੇ ਕੇ ਲੀਏ ਯਹਾਂ ਆਏ
पहली फंडर हो रही ने की पता लगता तू सिक्स जी छड़ दे इसे टावर लाके सारा पिंड मर जू साडा यार जानवर रखूंगा उसके ऊपर मारते जानवर ये सारा गांव मैं खाली करवा के जानवर रखूंगा भाई जे साडे पिंड च पता लग गया तू उरे आया तेनू गा पा देंगे तेनू घेर लेंगे दुनिया नाले दसी तुसी ना भी मैं केस वाला आप मुझे अच्छे लगे एक फोटो भाई तुसी बोलना बोला ओ देखो यार है नाला जा रहा भाई तू तो अड़ी है नाला जा रहा एक बर्द भी रख लो जानवर च हाँ ये पंछी को पालना ही हमारा लक्ष्य है हम उसको खाना भी खिलाएंगे ले गोलो मैं तेरे वास्ते ना सुरमा लेके आई हूँ चंगा खर्चे ऐं तो कर दी हाँ तू तो बीबी का गुस्सा मेरे तक आ रही जानी है तेरे को कितनी बार कहा मैं और बोलने का नहीं पता इतना गुस्सा ना करिया कर तू ठीक है तेन तो मैं इन्ने प्यार ना रखा होया देखी किवें कर दी तू मिला तेन भुख लगी है ना तेन खा नहीं लिया कि देव कुछ मैनू ए लगता मैं सुन तो चज हैगा तेनू चज नहीं वो तेन ए कहते सर हिला के कहनी मूर्ख नहीं है पशुआं दे काले टिक्के नहीं लगते तेनू कि नहीं कहा भी नहीं लगते सारा दिन ना बेबे तै मेरे ना पशु वाल देखती रहनी ए कनी हाँ अज अज सही बोली है पशु नहीं तो गोलो 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 है वैसे ए मैं तो तेन ऐ कहनी तू मेरे गोलो कन्न ना घट ध्यान दिया कर ओनू नजर लगी जाती लिस्सी हो गई है पहला नालों आ देखांगी पुत्तियां दी नी तेनू जमण तो पहला तेरी मां मर के ना गई कंजरी ने एहजी पाथी पथ के तोरती मेरी गल सुनना मेरी मां ते ना जाई हां फिर ना कहीं भी मैं कुछ कहता उई करी जानी हुनी आ नी काहे नू बाकी भी तू की छड़दी है जिड्डी तू आप है ना एदू लम्मी तेरी दुगनी जीभ है ते पशुआं दे मैं ता कदे सुरमा देखिया नहीं भी कोई टिक्का लाउंदा हैगा आ पहली बार ते इत्थों देखिया हैगा मैं तैनूं कही जानी भी असीं जवाकां वांगू पाली आ गोलो फिर आए कर पुत लिया सुरमेदानी मैनूं फड़ा दे इहनूं चक के गोदी च बिठा लै लोरी दे दे मैं तां इही सोचदी आं भी क्यों ना आपां इहदे वास्ते इक कमरा ना पा दईए उत्थे ठंडा आ एसी लवा दांगे नाले अंदर पई रहा करो इह हां हां पुत नाले आपां इहदे वास्ते बैड भी लियाने आ हाँ रखते ने कई लोग बेडा ते भी थापड़ा मुंह ते लै माए क्यों कही जानी है तू नहीं तू तो डंगरां नाल डंगर ही होगी तेरे ना की मत्था मारना जी बोलो देख ला तेरे करके मैनू किन्नियां सुननियां पैंदियां ने ਸਾਲੇ ਓਏ ਸੰਗ ਸਰਮ ਉਤਰ ਗਈ ਥੋੜੀ ਦਾ ਓਏ ਓਏ ਓਏ
ਆ ਲਾਕ ਲੂਕ ਜੇ ਤੀਵੀਆਂ ਦੇ ਹੱਥੋਂ ਲਈ ਜਾਂਦੇ, ਤੁਹਾਨੂੰ ਸ਼ਰਮ ਨੀ ਆਉਂਦੀ ਓਏ ਕੰਜਰ, ਤੂੰ ਆਪ ਚ ਤੜਹ ਲਾ ਲਓ ਤੁਸੀਂ, ਤੁਹਾਨੂੰ ਕਿਹੜਾ ਫਿਰ ਲੈ ਮੈਂ ਤੇਰੇ ਬੂਟ ਮਾਰੂ ਕੱਢ ਕੇ, ਤੂੰ ਕੁੱਟ ਕੇ ਆ ਜਾਇਆ ਕਰ ਲੋਕਾਂ ਤੋਂ, ਇੱਜ਼ਤ ਹੈ? ਇਹਨੂੰ ਬਕਵਾਸ ਇਹਦੀ ਬੰਦ ਕਰਾ ਲਾ, ਤੇਰੇ ਪੀੜ ਹੁੰਦੀ ਆ, ਮੈਨੂੰ ਐ ਦੱਸ ਪੀੜ ਹੁੰਦੀ ਆ? ਸਾਗਰ ਦੇ ਘਰ ਵਾਲੀ ਦਾ 35,000 ਰੁਪਇਆ ਮਹੀਨਾ ਲੈਂਦੀ ਆ ਮੈਡਮ, ਲੱਗੀ ਆ ਇੰਡੀਕਾ ਛੱਡ ਚ ਤਾਂ ਬਲੈਰੋ ਚਲਾਵੇ। ਕੀ ਆ ਤੁਹਾਨੂੰ, ਸਾਰੀ ਦੁਨੀਆ ਬਣਾਈ ਜਾਂਦੀ ਆ ਉਹ, ਤੂੰ ਜਿਹੜੇ 2 ਰੁਪਈਆ ਦੇ ਨੇ ਉਹ ਉਹਨੂੰ ਖਵਾ ਦਿੰਨੀ ਆ ਪੜੋ ਨੂੰ। ਬਾਲਾ ਨਾ ਬੋਲਿਆ ਕਰੋ ਤੂੰ, ਤੁਹਾਨੂੰ ਤਾਂ ਨਾ ਮੇਰੇ ਤੋਂ ਹੀ ਦੁੱਖ ਲੱਗਦਾ ਰਹਿੰਦਾ ਜਦੋਂ ਕੋਈ ਦੇਖੋ। ਆ ਮੈਨੂੰ ਤਾਂ ਤੇਰੇ ਵਾਲਾ ਦਿਨ ਕਮਾਲ ਲਾਈ ਲੱਗ ਜਾ ਕਦੇ ਕਿਸੇ ਨੇ, ਕਦੇ ਤਾਂ ਤੇਰੀ ਮੈਂ ਯਾਰ ਕੁਛ ਕਹਾ ਇਹਨੂੰ, ਤੇਰਾ ਬੋਲਣ ਦਾ ਵਿੱਚ ਕੀ ਮਤਲਬ ਹੈ? ਮੈਂ ਤਾਂ ਉਹ ਕਹਿੰਦਾ ਵੀ ਲਾਈ ਲੱਗ ਕਦੇ ਕਿਸੇ ਪਾਸੇ ਨਾ, ਤੂੰ ਐਂ ਦੱਸ ਹੁਣ ਤੇਰੇ ਵਾਲੂ ਐਂ ਪੁੱਛ, ਮਾਂ ਮੋਟਰਸਾਈਕਲ ਬੋਲਟ ਮੰਗੀ ਫਿਰਦਾ, ਇਹਦੇ ਬਿਨਾਂ ਇਹਦੀ ਟੱਟੀ ਨੀ ਉਤਰਦੀ ਪਈ, ਹੁਣ ਤਾਂ ਸੌਖੀ ਆ ਗਈ ਇਹਦੇ ਬਹਿ ਕੇ। ਮੇਰੀ ਗੱਲ ਸੁਣ ਲਾ ਫਿਰ, ਤੂੰ ਬੋਲਟ ਨੂੰ ਹੱਥ ਵੀ ਨਾ ਲਾਈ। ਮੈਂ ਕੀ ਕਰਨਾ, ਕਿਸੇ ਦਾ ਕੰਜਰਖਾਨਾ ਦੇ ਦੋ, ਮੈਂ ਤਾਂ ਕਹਿੰਦਾ ਪਟਾਲੀਏ ਨੂੰ, ਉਹਦੇ ਅਸੀਂ ਸ਼ੀਸ਼ੇ ਆਪਦੇ ਪੱਲੋਂ ਲਵਾਤੇ, ਸ਼ੀਸ਼ੇ ਚਿਲਕਣੇ ਉਹ ਵੀ, ਤੈਨੂੰ ਕੋਈ ਹਾਰਗਾਨੀ ਕਰਾ ਦਿੰਦਾ। ਹਾਂ ਬਈ ਓ ਯਾਰ ਕਾਨੂੰ ਲਵਾ ਕੇ ਆਇਆ ਤੂੰ ਇਹਦਾ, ਲੈ ਤਾਂ ਰੋਟਾ ਤੂੰ ਦੱਸ ਹੁਣ, ਜਿੱਤੇ ਲੈ ਦੀ ਮੰਗ ਤੇ ਯਕੀਨ ਹੈ ਤੈਨੂੰ, ਜਿੱਤੇ ਮੰਗ ਕੇ ਲੈ ਦੀ ਸ਼ੀਸ਼ੇ ਹੈਗੇ ਤੁਸੀਂ ਨਾ ਬਈ। ਹਾਏ ਭੂਮੇ ਮਰ ਜਾ, ਮੈਂ ਤਾਂ ਹੁਣ ਗੱਲ ਕਰਦਾ ਮੈਂ। ਓਏ ਯਾਰ ਮੈਨੂੰ ਤਾਂ ਸੂਟ ਲੈਣ ਲੱਗੇ, ਤੂੰ ਇੰਨਾ ਰੋਣਾ ਉਹਨਾਂ ਵੀ ਸੂਟ ਨੀ ਲੈਣਾ, ਤੂੰ ਇੰਨੇ ਮਹਿੰਗੇ ਮਹਿੰਗੇ ਸ਼ੀਸ਼ੇ ਲਵਾਈ ਜਾਂਦਾ ਆ। ਓਏ ਪਣੋਈਏ ਗੱਲ ਤਾਂ ਕਿਹੜੀ ਆ, ਛੇੜ ਕੇ ਕਿਹੜੀ ਬਹਿ ਗਿਆ? ਲੈ ਇਹ ਦੇਖ ਕਹਿੰਦਾ, ਮੈਂ ਤਾਂ ਮੈਂ ਉਹ ਸਹੀ ਗੱਲ ਤੇ ਆ ਜਾਣਾ, ਇਹਨੇ ਲਕਸ਼ਮੀ ਨੂੰ ਕਣਕ ਦਵਾਈ ਆ ਦੀਪੂ ਚੌਂਕ ਪਰਸੋਂ, ਮੈਂ ਉਹਨਾਂ ਨੂੰ ਦੁਬਾਰੇ ਫੇਰ ਕਹੂੰ ਇਹਦੀ ਰਿਪੇਅਰ ਕਰੋ। ਮੈਂ ਪਹਿਲਾਂ ਮੇਰੀ ਗੱਲ ਸੁਣ ਲਾ, ਤੈ ਕਹਿ ਕਣਕ ਦਵਾਤੀ ਵੀ ਲਕਸ਼ਮੀ ਨੂੰ? ਤੇਰੀ ਗੱਲ ਤਾਂ ਕਈ ਨਾਲ ਬੋਲ, ਉਹ ਤਾਂ ਕਟਵਾ ਗਿਆ ਆਪਦੀ ਢੂਕਣੀ, ਹੁਣ ਤੂੰ ਨਾ ਮੈਥੋਂ ਆਪਦਾ ਕਿਆ ਲਈ। ਕਾਫੀ ਮੈਂ ਲੱਛੇ ਬਹੁਤ ਕੁੱਟਿਆ, ਮੈਨੂੰ ਤੇਰੇ ਬਾਰੇ ਸਾਰਾ ਪਤਾ ਲੱਗ ਗਿਆ। ਕੀ ਉਹ ਯਾਰ ਕਿਹੜੀ ਲੱਛਮੀ ਦੀ? ਓਏ ਓਏ ਮੇਰੇ ਖਾਲੀ ਮੇਰੇ ਦੀ ਨੰਦਾ, ਕੋਈ ਗੱਲ ਨਹੀਂ, ਉਹ ਤਾਂ ਜਰਾ ਉਹ ਤਾਂ ਕਈ ਦਿਨਾਂ ਦੀ ਗੱਲ ਹੋਊਗੀ, ਤਾਂ ਪੁਰਾਣੀ ਹੋਊਗੀ, ਚਲ ਉਹ ਗੱਲ ਕਰਦੇ ਜਿਹੜੀ ਅੱਜ ਹੋਈ ਮੇਰੇ ਨਾਲ, ਮੈਂ ਸਤਨਾਮ ਉਹਨਾਂ ਨੇ ਕੁੱਟਿਆ। ਮੈਂ ਕਿਹਦੇ ਕੁੱਟਿਆ ਵੇ ਨਾ, ਨਹੀਂ ਮਾਂ ਨਹੀਂ ਮਾਂ ਕਿੱਥੇ ਵਾਜੀ ਵਧੀਆ ਕਿੱਥੇ, ਮੀਟ ਬਣਾ ਕੇ ਦਿੱਤਾ, ਮੀਟ ਤੇ ਲੱਤ ਮਾਰ ਕੇ ਮੀਟ ਡੋਲਤਾ, ਨਾਲੇ ਮੈਂ ਕੁੱਟਿਆ। ਵਿਆਹ ਖੜਿਆ ਤੀ ਇਹਦਾ? ਵਿਆਹ ਮੈਨੂੰ ਬੜਾ ਸੀ ਇਹਦਾ, ਜਨਮ ਦਿਨ ਤੀ, ਮਾਂ ਜਨਮ ਦਿਨ ਤੇ ਖਾ ਲੈਣਗੇ ਚਲ। ਤੈਨੂੰ ਕੀ ਪਤਾ ਇਹ ਜੰਮਣ ਲੱਗ ਰਹੀ, ਇਹਨੂੰ ਕੀ ਪਤਾ ਇਹਦੇ ਤਾਂ ਦਰਦ ਤੇ ਦਰਦ ਹੋ ਰਿਹਾ ਸੀ ਬਾਰੇ ਉੱਲੂ ਜੰਮ ਲਿਆ। ਮੇਰੀ ਗੱਲ ਸੁਣੀ, ਜਦ ਤੂੰ ਇਹਨੂੰ ਜੰਮਿਆ ਸੀ ਮਾੜੀ ਮੋਟੀ ਚੱਜ ਦੀ ਚੀਜ਼ ਖਾ ਲੈਂਦੀ ਆ, ਨੋਰਮਲ ਆ ਇਹ? ਤੂੰ ਦੱਸ ਬਾਬੀ ਮੇਰੀ ਗੱਲ ਸੁਣ, ਹੁਣ ਇਹ ਛੋਏ ਛੋਟਾ ਸੀ ਉਹ ਦਰਦ ਨਾਲ ਬਿਲਕੁਲ ਲੱਗ ਰਹੀ ਸੀ, ਜਨਮ ਦਿਨ ਦੇ ਮੈਨੂੰ ਵੀ ਪਤਾ ਹੋਊ ਜਿਹੜਾ ਬਾਹਰ ਬੈਠੇ ਸੀ, ਜਦੋਂ ਇਹਨੇ ਟੈ ਕਰਿਆ ਮੈਂ ਖੁਸ਼ ਹੋ ਗਿਆ। ਗੱਲ ਹੀ ਨਹੀਂ ਸੁਣਨ ਲੱਗ ਸੀ, ਪਹਿਲਾਂ ਤਾਂ ਮੈਨੂੰ ਐ ਮੈਂ ਕੁੜੀ ਜੰਮਦੀ ਕਿਤੇ, ਬਾਅਦ ਚ ਪਤਾ ਲੱਗਿਆ ਕਿਹੜਾ ਮੁੰਡਾ। ਬਾਹਰ ਜਾ, ਮੈਂ ਕੀ ਹੋ ਗਿਆ ਕੁਛ ਦੱਸੋਗੇ, ਕਿਉਂ ਕੁੱਟਿਆ ਇਹ? ਟੂਕਣਾ ਕਟਾ ਕੇ ਆਇਆ, ਕੁਛ ਕਰਿਆ ਹੋਣਾ ਇਹਨੇ ਤਾਂ ਹੀ ਕੁੱਟਿਆ। ਕੁੜੀਆਂ ਥੋੜੀ ਜੀ ਹੁਣ ਮੈਂ ਛੇੜਦੀ ਹਾਂ, ਭੌਂਕੀ ਤਾਂ ਜਾਂਦੇ ਸੁਣੀ ਜਾਂਦੇ ਆ, ਭੌਂਕੀ ਨਾ ਕਹੇ ਮੇਰੇ ਪੁੱਤ ਨੂੰ, ਕਹੇ ਨਾ ਤੇਰੇ ਪੁੱਤ ਨੂੰ, ਪਤਾ ਨੀ ਕੀ ਹੈ। ਮੈਂ ਇਹਦਾ ਜਨਮ ਦਿਨ ਸੀ, ਮੈਂ ਮੀਟ ਬਣਾਇਆ ਸੀ, ਉਹ ਮੀਟ ਕੰਜਰ ਦੇ ਨਾਲ ਤਾਂ ਡੋਲ ਗਏ, ਨਾਲੇ ਮੈਨੂੰ ਕੁੱਟ ਗਏ, ਨਾਲੇ ਇਹਨੂੰ ਵੀ ਗਾਲਾਂ ਦੇ ਗਏ ਭੈਣਾਂ ਦੀਆਂ, ਇਹ ਤਾਂ ਸਾਲਾ ਬੇਸ਼ਰਮ ਹੋ ਰਿਹਾ ਇਹਨੂੰ। ਮੈਂ ਤੈਨੂੰ ਤਾਂ ਪਸਰਿਆ ਨਹੀਂ, ਲੈ ਦੱਸ ਮਾਤਾ ਐ ਕੌਣ ਕਿਸੇ ਨੂੰ ਕੁੱਟ ਜੂ, ਮੈਨੂੰ ਤਾਂ ਕੋਈ ਕੁੱਟ ਗਿਆ ਨਹੀਂ, ਜਿਹਨੇ ਕੁਛ ਕਰਿਆ ਤਾਂ ਕੁੱਟਿਆ ਇਹ।
ਵੇ ਹੁਣ ਕੀ ਬਣਨਾ ਚਾਹੀਦਾ ਕਦੀ ਦੀ ਮੀਟ ਹੁਣ ਮੀਟ ਬਣਨਾ ਚਾਹੀਦਾ ਲੈ ਮੀਟ ਬਣਨਾ ਚਾਹੀਦਾ ਜਨਮ ਦਿਨ ਤੇ ਜਿਹੜਾ ਉੱਥੇ ਰੋਡ ਕਹਿ ਰਹੇ ਨੂੰ ਘਰੇ ਬਣਾ ਕੇ ਦੋ ਖਵਾਣ ਨੂੰ ਆਪਣੇ ਘਰੇ ਚਾਹੇ ਜੂਤ ਪਤੰਗ ਹੁੰਦੇ ਆ ਆਪਾਂ ਲੋਕਾਂ ਤੋਂ ਦਿਖਾਂਦੇ ਹੁਣ ਬੇਇੱਜ਼ਤੀ ਚ ਤੁਹਾਡੇ ਵੀ ਤੇਰਾ ਜੇਠ ਕੁੱਟ ਗਿਆ ਇਹਦਾ ਭਾਈ ਕੁੱਟ ਗਿਆ ਇਹਨੂੰ ਬੇਇੱਜ਼ਤੀ ਦਾ ਕੀ ਕੁੱਟਿਆ ਤਾਂ ਮੇਰਾ ਮੁੰਡਾ ਕੁੱਟਿਆ ਇਹਦਾ ਕੀ ਗਿਆਗਾ ਲੱਕੜੀ ਨਾ ਕੱਲੀ ਹੋਵੇ ਤੈਨੂੰ ਪੰਡ ਕੌਣ ਚਕਾਇਆ ਕਰੂ ਪੰਡ ਕਿੱਥੋਂ ਆ ਗਈ ਹੁਣ ਵੇਖੇ ਤੇ ਜਦੋਂ ਜਾਇਆ ਕਰੇਗਾ ਤੇਰਾ ਸਹਾਰਾ ਬਣੂ ਦੋਨੇ ਭਾਈ ਲਿਆਇਆ ਕਰੋਗੇ ਪੰਡਾਂ ਖੇਤ ਹੁਣ ਪੰਡ ਮੈਨੂੰ ਚਕਾਉਣ ਦਾ ਕੋਈ ਫਾਇਦਾ ਨਹੀਂ ਮੇਰੇ ਤਾਂ ਲੱਤ ਲੰਗੜੀ ਆ ਇਹ ਚੱਕਿਆ ਕਰੂ ਤੂੰ ਚਕਾ ਦਿਆ ਕਰੀ ਮੈਂ ਤਾਂ ਚਕਾਈ ਵੀ ਨਹੀਂ ਜਾਂਦੀ ਕਿ ਪਾਸੇ ਝੁਕ ਜਾਂਦਾ ਮੈਂ ਤੂੰ ਵੀ ਸੱਚੀ ਇਹਦੇ ਨਾਲ ਲੱਗ ਕੇ ਨਾ ਇਹਦੇ ਵਾਂਗੂ ਹੋਈ ਜਾਂਦੀ ਆ ਜੇ ਵਗ ਜਾ ਨਾ ਤੂੰ ਨਾਲ ਚੱਲ ਤੇਰੇ ਵਿਚੋਲੇ ਨੇ ਮੈਂ ਤਾਂ ਕਦੇ ਵੀ ਨਹੀਂ ਜਾਂਦੀ ਭਾਈ ਮੇਰੇ ਸਾਲੇ ਦੀ ਫੋਸ ਜਿੱਡੀ ਤੀਵੀਂ ਇਹ ਨਹੀਂ ਲੋਟਾਂਦੀ ਮੈਂ ਤੇਰੇ ਪਥਾੜੇ ਤੇ ਮਾਰੂਆਂ ਯਾਰ ਕੀ 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 ਹਟ ਜਾ ਨਾ ਤੂੰ ਕਿਉਂ ਨਹੀਂ ਜਾਂਦੀ ਚਿੰਦਰੀ ਕਿਥੇ ਮੈਂ ਤਾਂ ਚੱਲ ਮਾੜੀ ਜੀ ਆ ਤੂੰ ਫਿਰ ਆਪਦੇ ਵਾਸਤੇ ਕਹੀ ਜੀ ਲਿਆਏਗਾ 6 ਫੁੱਟ ਦੀ ਬਥੇਰ ਸਾਣੀ ਲਿਆਊਗਾ ਤੂੰ ਲਿਆ ਦੀ ਛਾਪ ਪਾ ਦੂ ਤੂੰ ਹਾਂ ਮੈਂ ਤਾਂ ਕਦੇ ਵੀ ਨਹੀਂ ਲਿਆ ਕਰੀ ਮੈਂ ਕਿਤੇ ਜ਼ਿੰਦਗੀ ਖਰਾਬ ਕਰਾਂ ਇਹਨੇ 2 ਸਾਲ ਮੇਰੇ ਤੋਂ ਇੰਨਾ ਕੰਮ ਕਰਾਇਆ ਕਿ ਨਹੀਂ ਚਾਚੇ ਦੀ ਕੁੜੀ ਲਿਆ ਕੇ ਦੇਉਂਗੀ ਮੇਰੇ ਸਾਲ ਦੀ ਗਿਟਾਰ ਜੀ ਨੇ ਕੁਛ ਨਹੀਂ ਲਿਆ ਕੇ ਦਿੱਤਾ ਵੇ ਤੇਰੇ ਚਾਚੀ ਨਹੀਂ ਹੈਗੇ ਵਿਆਹ ਕਰਾਉਣ ਵਾਲੇ ਨਾ ਤੇਰੇ ਕਰਕੇ ਤੂੰ ਐਂ ਖੁੱਦ ਵੀ ਕਿਸੇ ਦੀ ਕੁੜੀ ਮੈਂ ਡੋਬਦਾ ਹੈ ਬੜੀ ਇਸ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਨਾ ਬਥੇਰੇ ਚੱਜ ਨੇ ਤੇਰੇ ਚੱਜ ਨਹੀਂ ਸਾਫ਼ ਕਰਾਉਂਦੇ ਚੱਜ ਨੂੰ ਮੈਂ ਦੇਖ ਚੱਜ ਨੂੰ ਮੈਂ ਕਿਹੜਾ ਪਿੰਡ 'ਚ ਨੰਗਾ ਫਿਰਦਾ ਹਾਲ ਹੈ ਦੱਸ ਤੂੰ ਮੇਰੀ ਗੱਲ ਸੁਣਾ ਹੁਣ ਤਾਲੀ ਗਾਲਾਂ ਦੇ ਗਿਆ ਪੂਰੀਆਂ ਭੋਲੇ ਨੂੰ ਤੁਸੀਂ ਦੁੱਗਰੀਆਂ ਦੇ ਕੇ ਆਣੀਆਂ ਨੇ ਗਾਲਾਂ ਉਨਤਾਲੀ 175 ਗਾਲਾਂ ਦੇ ਕੇ ਆਣੀਆਂ ਨੇ ਗੁਣਾ ਕਰ ਦੋ ਮਾਤਾ ਤੂੰ ਨਾਲ ਲੱਗ ਕੇ ਨੇ ਮਗਰ ਆਪਣੇ ਡੰਗਰ ਪੁੱਤ ਦਾ ਪਤਾ ਹੁੰਦਾ ਇਹ ਗਲਤੀ ਇਸ ਦੀ ਨੂੰ ਨਾਲ ਲੈ ਚੱਲ ਉੱਥੇ ਪਤਾ ਲੱਗ ਜੂ ਤੂੰ ਚੁੱਪ ਕਰ ਲੈ ਉਹ ਬਹੂ ਆ ਜਾ ਉਰੇ ਆ ਜਾ ਤੂੰ ਰਹਿ ਕਰ ਨਿਗਾਹ ਰੱਖੀ ਮੈਂ ਅੱਜ ਤੋਂ ਤੇਰੇ ਪਸੂ ਤੜ ਆ ਜਾਣਗੇ ਚੱਲ ਪੜੇ ਤੇਰੇ ਬਚੋਲਿਆਂ ਨੇ ਚੱਲੀ ਜੇ ਤੂੰ ਚੱਜ ਆ ਜਾ ਤੇ ਸਾਨੂੰ ਜਾਣਾ ਨਾ ਪੈਂਦਾ ਮੇਰੇ ਜਿੰਨਾ ਦਿਮਾਗ ਪੱਕਾ ਹੋਣਾ ਬੰਬੂ ਕਾਟ ਬਣਾਉਣ ਵਾਲੇ ਚੈਨ ਬਣਾ ਦੀ ਚੈਨ ਚ ਕਰਾਰੀਆਂ ਪਾਤੀਆਂ ਅੱਜ ਇੱਕ ਵੀ ਲਾ ਦੀ ਹੈ ਅੱਠੀ ਫਿਰ ਟੰਗਰ ਨੂੰ ਬਣਾਤਾ ਅੱਤੀ ਮੀਰੇ ਹੱਥ ਪੈਣ ਨੂੰ ਬਣਾਤਾ ਆ ਭੈਣ ਦੇ ਗਰਮਾਂ ਨੇ ਇਹਨਾਂ ਨੇ ਆਹ ਕੀ ਲਾਤਾ ਜਿੱਥੇ ਜਾਂਦੀ ਮੈਂ ਜਿੱਥੇ ਢੱਕਣ ਕੇ ਲਾਤਾ ਨਾ ਢੱਕਣ ਲਾਉਣ ਦੀ ਕੀ ਲੋੜ ਪੈਂਦੀ ਹੈ ਢੱਕਣ ਨੂੰ ਕੀ ਬਣਾਏ ਦੇਖਿਆ ਅੰਤਰਾ ਰੱਬ ਵੀ ਕਹਿਲਾ ਲੀਲਾ ਜਿਹਾ ਹੋ ਗਿਆ ਓਏ ਅੰਦਰ ਦਾ ਮੋਟਰਸਾਈਕਲ ਜਮੀ ਕਾਲਾ ਹੋ ਗਿਆ ਭਾਰੀ ਬਹੁਤ ਓਏ
ਤੈਨੂੰ ਆਏ ਉਹ ਬੋਲਦਾ ਤੂੰ ਮੈਨੂੰ ਬੋਧੂ ਨਾ ਸਮਝੀ ਕਿਤੇ ਕਹਿਣਾ ਹੋਵੇ ਵੀ ਊਈ ਆ ਬੰਦਾ ਇਹ ਦੇਸੀ ਜਾ ਦੇਸੀ ਦੂਸੀ ਕੋਈ ਨਹੀਂ ਮੈਂ ਤਾਂ ਕੱਪੜੇ ਇਹੀ ਜਿਹੀ ਪਾ ਕੇ ਰੱਖਦਾ ਹਾਂ ਮੈਂ ਤਾਂ ਤੈਨੂੰ ਇੱਕ ਲੱਤ 'ਤੇ ਘੁਮਾ ਦੂੰਗਾ ਸਰੀ ਵਾਲੀ ਤੇ ਹਾਂ ਘੁਮਾ ਦੂੰ ਤੈਨੂੰ ਤਾਂ ਨਾਲ ਲਿਜਾ ਕੇ ਤੈਨੂੰ ਨਾ ਹੋਵੇ ਉੱਥੇ ਜਦੋਂ ਲੈ ਗਏ ਤੈਨੂੰ ਮੈਂ ਲੇਹ ਲਦਾਖ ਕੀ ਗੱਲ ਤੁਸੀਂ ਮੇਰਾ ਜਵਾਕ ਕੁੱਟਿਆ ਖੇਤ ਤੇ ਤੁਹਾਨੂੰ ਡਰ ਪਾ ਵੀ ਨਹੀਂ ਹੈਗਾ ਕਿਸੇ ਦਾ ਲੈ ਮਾਸੀ ਕਿਹੜੀਆਂ ਗੱਲਾਂ ਕਰਦੀ ਹੈ ਉਹਦੇ ਲੱਛਣ ਹੀ ਕੁੱਟਣ ਵਾਲੇ ਸੀਗੇ ਅਸੀਂ ਕੁੱਟਦਾ ਇਹ ਵੀ ਕੋਈ ਵੱਡੀ ਗੱਲ ਹੈ ਚਲ ਉਹਦੇ ਦਾ ਯਾਰ ਲੱਛਣ ਹੋਣੇ ਤੁਸੀਂ ਮੈਨੂੰ ਗਾਲਾਂ ਕਾਹਦੇ ਵਾਸਤੇ ਕੱਢਦੀਆਂ ਉਹ ਭੋਲੇ ਬਾਈ ਕਿਹੜੀਆਂ ਗੱਲਾਂ ਕਰਦੇ ਲੈ ਕੌਣ ਕਹਿੰਦਾ ਤੈਨੂੰ ਗਾਲਾਂ ਕੱਢੀਆਂ ਉਹੀ ਕਹਿੰਦਾ ਉਹ ਤਾਂ ਐਡਾ ਚਾਵਲ ਬੰਦਾ ਮੇਰੀ ਸੁਣ ਲੈ ਗੱਲ ਬਸ ਕਰ ਵੇ ਮੁੰਡਿਆ ਕਿਵੇਂ ਬੋਲੀਂਦਾ ਮੈਂ ਤਾਂ ਸੁਣ ਲੈ ਜਾਂਦਾ ਗੱਲ ਤਾਂ ਸੁਣੋ ਸਾਡੀ ਉਹ ਤੁਹਾਨੂੰ ਮੰਨਜੂ ਧਰ ਕੇ ਮੈਂ ਤੁਹਾਨੂੰ ਦੱਸਦਾ ਉਹਦੀਆਂ ਗੱਲਾਂ 'ਚ ਨਾ ਆਓ ਉਹ ਤਾਂ ਉਰੇ ਕੁਛ ਹੋਰ ਕਹਿੰਦਾ ਉੱਥੇ ਕੁਛ ਹੋਰ ਕਹਿੰਦਾ ਬਸ ਕਰ ਬਾਲਾ ਸਿਆਣਾ ਨਾ ਬਣ ਆਪਦੀਆਂ ਗੱਲਾਂ ਰੱਖ ਆਪਦੀ ਜੇਬ 'ਚ ਤੇ ਨਾਲੇ ਗੱਲ ਸੁਣ ਵੇ ਤੂੰ ਹੋ ਕੇ ਬਚੋਲਾ ਮੁੰਡੇ ਦਾ ਤੇ ਰਿਸ਼ਤੇਦਾਰੀ ਦਾ ਲਿਹਾਜ਼ ਤਾਂ ਕਰ ਲੈਂਦਾ ਕਿੱਥੇ ਦਾ ਤਾਂ ਸੋਚਣਾ ਸੀ ਮੈਂ ਉਹਦਾ ਘਰ ਬੰਨਾ ਉਹਨੂੰ ਰਿਸ਼ਤਾ ਕਰਾਵਾਂ ਵੀ ਤੂੰ ਤਾਂ ਉਲਟਿਆ ਹੋਰ ਹੀ ਕੰਮ ਵਿੱਢ ਲੈ ਮਾਸੀ ਰਿਸ਼ਤਾ ਵੀ ਫੇਰੇ ਕਰਾਉਂਦਾ ਜੇ ਉਹ ਚੱਜਦਾ ਹੁੰਦਾ ਉਹਦੇ ਛਿੱਤਰੀ ਬਹਿਣਗੇ ਤੇਰਾ ਕੋਈ ਨੁਕਸਾਨ ਕਰਦਾ ਮੈਂ ਤੂੰ ਮੈਨੂੰ ਗਾਲਾਂ ਦੇਗੀ ਲੈ ਮੈਂ ਦੱਸਦਾ ਮੇਰੀ ਗੱਲ ਸੁਣ ਭੋਲੇ ਬਾਈ ਪਹਿਲਾਂ ਤਾਂ ਗਾਲਾਂ ਵਾਲੀ ਗੱਲ ਆ ਆਪਣਾ ਕਿੰਨਾ ਪਿਆਰ ਹੈ ਤੈਨੂੰ ਲੱਗਦਾ ਮੈਂ ਗਾਲਾਂ ਕੱਢੂਗਾ ਅਗਲੀ ਗੱਲ ਉਹ ਜਵਾਕ ਨਹੀਂ ਬੁੜਾ ਹੈ ਹਾਂ ਆਹੋ ਜਦੋਂ ਘਰ ਦੇ ਬੁੜਾ ਕਹਿਣਗੇ ਫਿਰ ਬਾਹਰਲੇ ਤਾਂ ਕਹਿਣਗੇ ਹੀ ਲੈ ਉਹ ਤਾਂ 2-3 ਮਹੀਨਿਆਂ ਦੀ ਹੈ ਮੇਰੀ ਗੱਲ ਸੁਣ ਮਾਸੀ ਜਿਹਦੇ ਹੀ ਨਹੀਂ ਹੈਗਾ ਕੋਈ ਗਏ ਹੋਣੇ ਕਿਤੇ ਕੰਮ ਆ ਗੋਲੋ ਠੀਕ ਹੈ ਵਧੀਆ ਕਰਦੇ ਨੇ ਸੇਵਾ ਤੇਰੀ ਨਾਲੇ ਗੱਲ ਸੁਣ ਲੈ ਤੂੰ ਘਰੇ ਆਏ ਰਹਿਣਾ ਦੋਹਾਂ ਨੇ ਭੈਣਾਂ ਭੈਣਾਂ ਬਣ ਕੇ ਰਹਿਣਾ ਨਾ ਕਿਸੇ ਨਾਲ ਲੜਨਾ ਠੀਕ ਹੈ ਗੋਲੋ ਆ ਗਿਆ ਹੁਣ ਮੈਂ ਠੀਕ ਹੈ ਠੀਕ ਹੈ ਖਾਲਾ ਖਾਲਾ ਹੱਸਦੀ ਆ ਹੱਸਦੀ ਆ ਦੇਖ ਕੇ ਲੈ ਉਹ ਡਿੰਪਲ ਪੁੱਤਾ ਡਿੰਪਲ ਆ ਗੇਟ ਜੇ ਤਾਂ ਬੰਦ ਪਏ ਨੇ ਆ ਵੀ ਬੰਦ ਹੈ ਆਹ ਗੇਟ ਜਾ ਖੁੱਲ੍ਹਾ ਇੱਧਰ ਹੋ ਉਹ ਡਿੰਪਲ ਪੁੱਤਾ ਦਿਖਦੇ ਹੀ ਨਹੀਂ ਕੋਈ ਲੈ ਕਿੰਨੇ ਮੂਰਖ ਨੇ ਮੋਟਰਸਾਈਕਲ ਬੈਡਾਂ ਵਾਲੇ ਕਮਰੇ 'ਚ ਹੀ ਲਾ ਰੱਖਿਆ ਵੀ ਇਹਨੂੰ ਬਾਹਰੇ ਫੂਕ ਦਿਉ ਇੱਥੇ ਦੱਸ ਕਾ ਤੋ ਆਹ ਦੇਖੋ ਏ ਆਹ ਨਾਜ਼ਰ ਬੱਟੂ ਨਮੇਰੇ 'ਤੇ ਟੰਗਦੇ ਹੁੰਦੇ ਨੇ ਪਤੰਦਰਾਂ ਨੇ ਇੱਥੇ ਹੀ ਟੰਗ ਰੱਖਿਆ ਆਹ ਪੈਰ ਨਾਨਾ ਉਹ ਨਾਨਾ ਨਹੀਂ ਤੇਰਾ ਕਲੰਨ ਬੰਦਿਆ ਮਾਸੜ ਲੱਗਦਾ ਮਾਸੜ ਫਿਰ ਕਰਾਂਗੇ ਆਪਾਂ ਸੂਰਾ ਸਫਾਈਆਂ ਇੱਥੇ ਕੀ ਕਰਦਾ ਉਹ ਮੈਂ ਤਾਂ ਇਹ ਦੇਖ ਰਿਹਾ ਸੀ ਨਾਨੇ ਇਹ ਆਪਾਂ ਨੇ ਬੋਲਟ ਲਿੱਤਾ ਨਾ ਮੈਂ ਦੇਖ ਰਿਹਾ ਸੀ ਵੀ ਇਹਦੇ ਇਹ ਕੈਲੰਡਰ ਕਿੱਥੇ ਹੁੰਦਾ ਹੈ ਕਰਨਗੇ ਸੀਰੀ ਪਾਲੀ ਲੈ ਕੇ ਜਾਇਆ ਕਰਨੇ ਊ ਮਾੜਾ ਜਿਹਾ ਇਹਨੂੰ ਕਰੀ ਬੜਾ ਬੁਲਟ ਨੂੰ ਕਿਆ ਊ ਕਰਤਾ ਮਾੜਾ ਜਿਹਾ ਮਾੜਾ ਉੱਠ ਕੇ ਆ ਜਾ ਮਾੜਾ ਜਿਹਾ ਇਹਨੂੰ ਕਰਤਾ ਯਾਰ ਊ ਦੇਖਦਾ ਇਹਦੇ ਨਾਲੇ ਦੇਖਦਾ ਵਜ਼ਨ ਕਿੰਨਾ ਹੁੰਦਾ ਮਾੜਾ ਹਰੇਕ ਬੋਲਟ ਤੋਂ ਭਾਰੀ ਹੈ ਇਹ ਭਾਰੀ ਹੈ ਨਾਲੇ ਮੇਰੇ ਵਾਸਤੇ ਤਾਂ ਕੀ ਆ ਮੈਂ ਤਾਂ ਟਰਾਲੇ ਚਲਾਏ ਨੇ ਹੈ ਐਡੀ ਕੀ ਗੱਲ ਹੈਗੀ ਉਹ ਤੋਲ ਕੇ ਦੇਖ ਪਹਿਲਾਂ ਬਰਾਂ ਨੂੰ ਨਾ ਨਾ ਤੋਲਦਾ ਨਾ ਕੱਲੇ ਹੱਥ ਨਾਲ ਚੱਕ ਲੂ ਮੈਂ ਤਾਂ ਹਾਂ ਹਾਂ ਉਹ ਹੈ ਨਹੀਂ ਫਰਕ ਇਹ ਹੋਰ ਬੋਲਟ ਉਹ ਭਾਰੀ ਆ ਥੋੜਾ ਜਿਹਾ ਖਰਾ ਇਹ ਭਾਰੀ ਤਾਂ ਹੁੰਦੇ ਨੇ ਜਿਹੜੇ ਪੁਰਾਣੇ ਮਾਡਲ ਨੇ ਪੁਰਾਣੇ ਜਿਵੇਂ ਉਹ ਹੁੰਦਾ ਸੀ ਪਹਿਲਾਂ ਜੱਦੀ ਮੋਟਰਸਾਈਕਲ ਹਨਾ ਠੀਕ ਹੈ ਠੀਕ ਹੈ ਠੀਕ ਹੈ ਮੇਰੀ ਗੱਲ ਸੁਣ ਸਾਰਾ ਟੱਬਰ ਕਿੱਧਰ ਨਿਕਲਿਆ ਹੋਇਆ ਮੈਨੇ ਉਹ ਕਿੱਥੇ ਗਏ ਨੇ ਦੱਸਦੇ ਹੁਣ ਉਹ ਬੋਲ ਵੀ ਪਏ ਉਰੇ ਬਹਿ ਕੇ ਦੱਸੂ ਨਾਨੇ ਪਹਿਲਾਂ ਤੂੰ ਆਇਆ ਦੱਸ ਕਿੱਧਰੋਂ ਆਇਆ ਉਹ ਨਾਲੇ ਮੈਂ ਤੇਰਾ ਨਾਨਾ ਨੀ ਲੱਗਦਾ ਓਏ ਮੈਂ ਤੇਰਾ ਨਾਨਾ ਲਾਦਾ ਮਾਸੜ ਲਾਦਾ ਤੇਰਾ ਮੈਂ ਤੁਸੀਂ ਕਮਾਲ ਕਰਦੇ ਹੋ ਯਾਰ ਨਾਲੇ ਤਾਂ ਰਿਸ਼ਤੇਦਾਰੀਆਂ ਨਾਲੇ ਕੁੜੀਆਂ ਦੇ ਦਿੱਤੀਆਂ ਨਾਲੇ ਕੁੱਟਦੇ ਹੋ ਯਾਰ ਆਪਦੇ ਕੁੜਮ ਕੁੜਮਾਂ ਨੂੰ ਮੈਂ ਤੇਰਾ ਨਾਨਾ ਹੀ ਲੱਗਦਾ ਭਾਈ ਮਾਸੜ ਲੱਗਦਾ ਉਹ ਯਾਰ ਤੂੰ ਮੇਰੀ ਗੱਲ ਸੁਣ ਉਹਨਾਂ ਨੇ ਹਾਂ
ਛੋਟੀ ਕੁੜੀ ਹਾਂ ਸਾਡੇ ਘਰੇ ਸਾਡੇ ਭੋਲੇ ਨੂੰ ਬਹੀ ਹੋਈ ਹੈ ਨਾ ਮੇਰੀ ਮਾਂ ਦਾ ਤੂੰ ਕੁੜਮ ਲੱਗਿਆ ਨਾ ਲੱਗਦਾ ਫਿਰ ਮੇਰਾ ਨਾਨਾ ਨਾ ਲੱਗਿਆ ਤੂੰ ਉਹ ਤੇਰਾ ਨਾਨਾ ਨਹੀਂ ਲੱਗਦਾ ਓਏ ਕਲੰਨ ਬੰਦਿਆ ਮੈਨੂੰ ਲੱਗਦਾ ਤੁਹਾਡੇ ਪਿੰਡ 'ਚ ਜਦੋਂ 8-7-8 ਕਲੰਨ ਮਰੇ ਹੋਣੇ ਨਾ ਉਦੋਂ ਤੂੰ ਜੰਮਿਆ ਹੋਵੇਗਾ ਤੁਹਾਡੇ ਪਿੰਡ 'ਚ ਉਹ ਤੁਹਾਡੇ ਪਿੰਡ 'ਚ ਆਹ ਸਮਝ ਗਿਆ ਤੁਹਾਡੇ ਪਿੰਡ 'ਚ ਜੇ 7 ਕਲੰਨ ਮਰੇ ਹੋਣ ਫਿਰ ਤੂੰ ਜੰਮਿਆ ਤੀ ਮੇਰਾ ਸੜਿਆ ਮੇਰਾ ਦਿਮਾਗ ਖਰਾਬ ਕਰਤਾ ਐਂ ਕਰ ਓਏ ਕੁੱਟ ਚਾਹ ਬਣਾ ਲਾ ਤੂੰ ਯਾਰ ਤੂੰ ਪਹਿਲਾਂ ਤਾਂ ਲਵੇੜ ਦੇ ਵੀ ਨਾ ਲੱਗਿਆ ਤਾਂ ਤੂੰ ਮੇਰਾ ਨਾਨਾ ਹੀ ਓਏ ਚੰਗਾ ਨਾਨਾ ਕਹਿ ਦਿਆ ਕਰ ਨਾਨਾ ਕਹਿ ਦਿਆ ਕਰ ਖਸਮਾ ਨਾਨਾ ਯਾਰ ਐ ਤੱਕੇ ਨਾਲ ਥੋੜੀ ਕਹਿ ਤੇ ਕਿਸੇ ਨੂੰ ਮੈਂ ਨਾਨਾ ਕਹਿਦਾ ਫਿਰ ਦੱਸ ਤੂੰ ਨਾਨਾ ਲੱਗਦਾ ਤੂੰ ਪਹਿਲਾਂ ਮੇਰੇ ਘਰ ਦੇ ਨਾਲ ਜਰਾਹੀ ਹੋਈ ਜਾਂਦੀ ਹੈ ਤੇਰੀ ਬਹੂ ਕਹਿੰਦੀ ਉਹ ਸੱਚ ਤੇਰੀ ਕੁੜੀ ਕਹਿੰਦੀ ਕਹਿੰਦੀ ਤੂੰ ਨਾਨਾ ਨਾ ਕਿਹਾ ਕਰ ਮੇਰੇ ਬਾਪ ਨੂੰ ਹਾਂ ਮਾਸੜ ਲੱਗਦਾ ਹੈ ਮਾਸੜ ਲੱਗਦਾ ਹੁਣ ਤੇਰੀ ਬਹੂ ਸਾਡੇ ਘਰੇ ਆ ਮੰਨ ਲੈ ਓ ਮੇਰੀ ਬਹੂ ਕੁੜੀ ਹਾਂ ਨਾਨਾ ਤਾਂ ਲੱਗੇ ਹੀ ਨਾ ਹੁਣ ਪਹਿਲਾਂ ਰੋਟੀ ਲਿਆ ਦਾ ਤੈਨੂੰ ਭੁੱਖ ਲੱਗੀ ਹੋਣੀ ਰੋਟੀ ਲਿਆ ਦੇ ਚੱਲ ਰੋਟੀ ਲਿਆਉਣਾ ਹਾਂ ਚੱਲ ਰੋਟੀ ਲਿਆ ਦੇ ਫਿਰ ਹੈਂ ਹਾਂ ਲਿਆ ਦੇ ਰੋਟੀ ਕੋਈ ਨਹੀਂ ਮੈਂ ਦੇਖਦਾ ਵਾਲਾ ਤੱਤੀਆਂ ਠੰਡਾ ਕੋਈ ਕਰਨਾ ਇੰਨਾ ਮੂਰਖ ਡੰਗਰ ਬੰਦਾ ਜਮਾਂ ਡੰਗਰ ਪਤਾ ਨਹੀਂ ਕਿਵੇਂ ਕੱਟਦੇ ਹੋਣੇ ਇਹਦੇ ਨਾਲ ਇਹ ਕੀ ਕਹਿਣਾ ਨਾਨੇ ਹਾਂ ਲਿਆ ਦੇ ਰੋਟੀ ਮੈਂ ਤਾਂ ਕੁਛ ਕਿਹਾ ਨਾਨਾ ਵੀ ਮੱਖੀਆਂ ਲੱਗ ਰਿਹਾ ਮਾਰਨ ਇੰਨੇ ਦਾਲ ਤੱਤੀ ਹੁੰਦੀ ਹੈ ਆਪਾਂ ਰੋਟੀਆਂ ਤਾਂ ਧਰਿਆ ਆਉਂਦੇ ਹਾਂ ਨਾ ਵੀ ਇੰਨੇ ਆਸਰਾ ਜੇ ਤਾਂ ਹੋਜੂ ਰੋਟੀ ਆ ਗਈ ਆਦਤ ਤਾਂ ਹੁੰਦੀ ਆਪਾਂ ਨੂੰ ਚੂੰਡਾ ਚਾਂਡੀ ਕਰਨ ਦੀ ਇਹਨੇ ਚੂੰਡੂ ਦੋ ਰੋਟੀਆਂ ਉਹ ਮੈਂ ਤਾਂ ਕਿਤੇ ਉਹਨਾਂ ਨੂੰ ਉਹ ਪੂਰੀ ਹੋਣੇ ਨਾ ਦੇਣਾ ਵੀ ਤੂੰ ਕਹਿ ਨੀ ਸਕਦੇ ਬੰਦਾ ਨੀ ਮੁੰਡਾ ਨੀ ਉਰੇ ਕਰੇ ਤੂੰ ਕਹਿ ਵੀ ਮੈਂ ਖਾ ਕੇ ਆਇਆ ਯਾਰ ਪੈਣ ਤਾਂ ਸਿੱਖ ਜੋ ਯਾਰ ਤੁਸੀਂ ਪੀਂਗੇ ਜਿਹੜੇ ਪਾਂਦਾ ਕਾਹਦੇ ਵਾਸਤੇ ਬਣਾਈਆਂ ਹੁੰਦੀਆਂ ਨੇ ਸਿਆਣਿਆਂ ਨੇ ਭਲਾ ਨਹੀਂ ਨਹੀਂ ਤੂੰ ਐਂ ਦੱਸ ਆਹ ਮੰਜੇ ਦੇ ਪਾਂਦਾ ਬਣਾਉਣ ਦੀ ਕੀ ਲੋੜ ਤੀ ਇਹ ਸਿਰਫ ਤੇਰੇ ਵਰਗੇ ਬੋਲਾਂ ਨੂੰ ਇਸ਼ਾਰਾ ਕਰਨ ਵਾਸਤੇ ਵੀ ਐਂ ਸੋਚੋ ਉਹ ਤੂੰ ਰੋਟੀ ਫੜਾਓ ਨਾ ਯਾਰ ਲੈ ਫੜ ਲੈ ਉਹ ਪ੍ਰਾਹੁਣਿਆ ਕੱਲੀ ਰੋਟੀ ਚੱਕ ਲਿਆ ਖਾਊ ਕਾਹਦੇ ਨਾਲ ਉਹ ਨਾਨੇ ਮੇਰੀ ਗੱਲ ਤਾਂ ਸੁਣ ਲੈ ਮੈਂ ਉਹ ਦਾਲ ਤੱਤੀ ਧਰ ਕੇ ਆਇਆ ਅੱਛਾ ਅੱਛਾ ਤੱਤੀ ਹੁੰਦੀ ਆ ਮੈਂ ਹਾਂ ਇੰਨੇ ਚਲਾਰੀ ਲੱਗ ਜਾਏਗਾ ਮੈਂ ਕੰਮ ਮਤਲਬ ਲਿਆਉਣਾ ਮੈਂ ਉਹ ਨਾਲੇ ਮੈਂ ਤੈਨੂੰ ਨਾ 2-3 ਵਾਰੀ ਪੁੱਛ ਲਿਆ ਹਾਂ ਵੀ ਉਹ ਕਿੱਥੇ ਗਏ ਨੇ ਕੌਣ ਆਹ ਟੱਬਰ ਤੁਹਾਡਾ ਸਾਰਾ ਨਾਲੇ ਕੁੜੀ ਮੇਰੀ ਕਿਹਦਾ ਟੱਬਰ ਉਹ ਤੇਰਾ ਭਾਈ ਭੋਲਾ ਅੱਛਾ ਤੇਰੀ ਬੀਬੀ ਮੇਰੀ ਕੁੜੀ ਅੱਛਾ ਕਿੱਥੇ ਗਏ ਨੇ ਉਹ ਮੇਰੀ ਗੱਲ ਸੁਣ ਨਾਲ ਤਾਂ ਭੋਲਾ ਗਿਆ ਨਾਲੇ ਮੇਰੀ ਮਾਂ ਗਈ ਨਾਲੇ ਤੇਰੀ ਬਹੂ ਬਾ ਗਈ ਮਤਲਬ ਤੇਰੀ ਕੁੜੀ ਬਾ ਗਈ ਨਾਲ ਉਹ ਭੋਲਾ ਕੁੱਟਿਆ ਸੀ ਇਹਨਾਂ ਨੇ ਕਿਹਨੇ ਕੁੱਟਿਆ ਭੋਲਾ ਉਹ ਜਿਹਨੇ ਰਿਸ਼ਤਾ ਕਰਾਇਆ ਸੀ ਇਹਨਾਂ ਦਾ ਭੋਲੇ ਤੇ ਤੇਰੀ ਬਹੂ ਦਾ ਤੇਰੀ ਕੁੜੀ ਦਾ ਫਿਰ ਤੂੰ ਰੇ ਕੀ ਕਰਦਾ ਤੂੰ ਵੀ ਨਾਲ ਜਾਣਾ ਸੀਗਾ ਉਹਨਾਂ ਦੇ ਮੈਂ ਸਿਆਣਾ ਬੰਦਾ ਉੱਥੇ ਮੇਰਾ ਕੀ ਕੰਮ ਪਰ ਮੈਥੋਂ ਫਿਰ ਕੁੱਟ ਜਾਂਦੇ ਉਹ ਕੁੱਟ ਜਾਂਦੇ ਨਾਲੇ ਹੋਰ ਨਾਨੇ ਮੇਰਾ ਉਹ ਮੋਹਤਰਾ ਮਾਸੜ ਲੱਗਦਾ ਮਾਸੜ ਭਾਈ ਮਾਸੜ ਦਾ ਦੇਖ ਊਂ ਤਾਂ ਧੱਕੇ ਨਾਲ ਤਾਂ ਜੋ ਮਰਦੀ ਕਹਾਂ ਲੈ ਪਰ ਅਸਰੀ ਚ ਤਾਂ ਨਾਨਾ ਲੱਗਦਾ ਕਾਗਜ਼ਾਂ ਚ ਤਾਂ ਤੂੰ ਮੇਰਾ ਹੈ ਗੁੱਸਾ ਨਾਨੇ ਮੇਰਾ ਗੁੱਸਾ ਭੈੜਾ ਅੱਛਾ ਹਾਂ ਬਹੁਤ ਔਖਾ ਹੋ ਜਾਂਦਾ ਫਿਰ ਨਾਲ ਪਾ ਜਾਂਦਾ ਮੈਥੋਂ ਮਰ ਜਾਂਦਾ ਕੋਈ ਮੈਂ ਤਾਂ ਅਗਲੇ ਦੀ ਮੁੰਡੀ ਲਾ ਲੈਂਦਾ ਸਗਮਲ ਮੰਗੂ ਦਾਲ ਦੱਤੀ ਹੋ ਗਈ ਜਮੀ ਮੱਚ ਗਈ ਤਾਂ ਓਏ ਆਪੇ ਕਰੀ ਜਾਓ ਮੇਰਾ ਸਵਾਹ ਠੰਡੀ ਆਪਾਂ ਨੇ ਕਿਹੜਾ ਠੇਕਾ ਲਿਆ ਠੰਡੀ ਕਰਨ ਦਾ ਵੀ ਆਪੇ ਮਾਰੀ ਜਾਓ ਭੁੱਖ ਆ ਜਾ ਕਿੱਥੇ ਖੜ ਗਿਆ ਹੁਣ ਆਹਾ ਤਾਂ ਬਚਤ ਰਹੇਗੀ ਜੇ ਆਹੀ ਕੌਲੀ ਇੱਧਰ ਫੜੀ ਹੁੰਦੀ ਨਾ ਹੁਣ ਤਾਂ ਸਾਰੀ ਦਾਲ ਉਹਨੇ ਖੰਡਿਆ ਦੇਣੀ ਤੇ ਤੈਨੂੰ ਇਹਨਾਂ ਨੇ ਪਾਗਲ ਲੱਗਦਾ ਉਹ ਇੱਧਰਲੀ ਲੱਤ ਖਰਾਬ ਆ ਯਾਰ ਪੈਂਚਰ ਆ ਲੱਤ ਇਹ ਤੂੰ ਪਾਗਲ ਨਹੀਂ ਹੈਗਾ ਤੂੰ ਤਾਂ ਕਲੰਨ ਹੈ ਪਾ ਦੇ ਦਾਲ ਪਾ ਦੇ ਪਾ ਦੇ ਹੁਣ ਮੈਂ ਬਣਾਈਏ ਵਾਹ ਜੀ ਵਾਹ ਜੀ ਵਾਹ ਬਹੁਤ ਵਧੀਆ ਵਾ ਬਸ ਆ ਤੇਰਾ ਹਾਂ ਮਸਾ ਆ ਉਹ ਮਰ ਚੁੱਕੀ ਆ ਬੇਟਾ
ਤਾਂ ਖਾਂਦੀ ਵੀ ਨਹੀਂ ਹੈਗੀ, ਇਹਨੂੰ ਪਹਿਲੀ ਮਿਰਚਾਂ ਕਿਵੇਂ ਲੱਗ ਗਈਆਂ? ਕੀ ਹੋ ਗਿਆ ਨਾਨਾ? ਹੋ ਗਿਆ ਤੇਰੀ ਮਾਂ ਦਾ ਬਕਲਾਵਾ ਤੇਰੀ ਦਾ ਹੱਥ ਮਚਾ ਕੇ ਲੱਗ। ਕਿੱਥੇ ਹੋ ਗਿਆ ਮੁਕਾਬਲਾ? ਉਹ ਮੁਕਾਬਲਾ ਨਹੀਂ, ਹੱਥ ਮਚ ਗਿਆ, ਮਚ ਗਿਆ ਹੱਥ ਮੇਰਾ। ਓਏ ਹਾਏ ਓਏ, ਮਰ ਜੇ ਤੂੰ ਓਏ ਡੰਗਰ, ਓਏ ਡੰਗਰ, ਓ ਮਹਾ ਕਲੰਨ ਬੰਦਿਆ। ਮੇਰਾ ਕਸੂਰ ਨੀ ਹੈਗਾ, ਕਦੇ ਕਦੇ ਕੌਲੀ ਚ ਪਾਉਣ ਵੇਲੇ ਹੱਥ ਥੋੜੀ ਮੂਹਰੇ ਕਰਿਆ ਕਰਦੇ ਨੇ। ਤੂੰ ਮੂੰਹ ਲਾਇਆ ਕਰਿਆ ਰੱਬ ਨੇ, ਤੂੰ ਮੂੰਹ ਨਾਲ ਕਹਿੰਦਾ ਵੀ ਬਸ ਪੁੱਤ। ਮੇਰਾ ਸਾਰਾ ਮੂੰਹ ਹਦਾਇਤ ਵੀ ਬਸ ਕਰ, ਫਿਰ ਹੱਥ ਹੱਥ ਥੋੜੀ ਕਰਿਆ ਕਰਦੇ ਨੇ। ਉਹ ਐਂ ਕਹਿੰਦੇ ਬਸ ਕਰ, ਬਸ ਕਰ, ਐਂ ਥੋੜੀ ਕਰਿਆ ਕਰਦੇ ਨੇ। ਡਾਕਟਰ ਹੈਗਾ ਤੁਹਾਡੇ ਪਿੰਡ ਕੋਈ? ਡਾਕਟਰ ਹੈਗਾ? ਡਾਕਟਰ ਕਿਵੇਂ ਠੀਕ? ਉਹ ਤੂੰ ਉੱਥੇ ਰੱਖ ਲਾ ਬਸ, ਉਹ ਮੈਂ ਕਰਦਾ ਉੱਥੇ ਪਿਆ, ਉੱਥੇ ਤੇਰੀ ਬਹੂ ਦਾ ਮਤਲਬ ਤੇਰੀ ਕੁੜੀ ਦਾ ਆਹ ਦੰਦ ਦੰਦਾਂ ਚ ਕਰਨ ਵਾਲਾ ਪੇਸਟ। ਹਾਂ ਪੇਸਟ, ਆ ਜਾ ਲਾਵਾਂ। ਸੱਤਾ ਖੇਤ ਪਾਣੀ ਲਾ ਰਿਹਾ ਦੀ, ਮੈਂ ਮਾਰਨ ਵਗ ਗਿਆ ਗੇੜਾ। ਅਸੀਂ ਦੋਵਾਂ ਨੇ ਕਰ ਲਈ ਰਹਿ ਵੀ ਮੌਸਮ ਵਧੀਆ ਆਪਦਾ, ਦੋ ਦੋ ਪੈਗ ਲਾਵਾਂਗੇ, ਮੀਟ ਖਾਵਾਂਗੇ। ਸਾਡੇ ਵਾਸਤੇ ਬਣਾਉਣ ਵਾਲਾ ਬੰਦਾ ਕੋਈ ਟੱਕਰਿਆ ਨੀ, ਇੱਕ ਉਹ ਨਾਲਤੀ ਦਾ ਯਾਰ ਰੰਗੀਲਾ, ਉਸੇ ਦਾ ਦੋਸਤ ਆ, ਕਹਿੰਦੇ ਅਸੀਂ ਮੀਟ ਬਣਾਉਣਾ, ਕਹਿੰਦੇ ਨਾਲੇ ਸਾਨੂੰ ਪੈਗ ਲਵਾ ਦੀ। ਮਹਾਂ ਚੱਲ ਬਣਾ ਦੇਣਗੇ, ਮੈਂ ਤੇ ਸੱਤੇ ਨੇ ਤਾਂ ਕੱਢਿਆ 400-400 ਰੁਪਇਆ ਉਹਨਾਂ ਨੂੰ ਫੜਾ ਤਾ, ਸੱਤਾ ਮੀਟ ਫੜ ਲਿਆ, ਦੋ ਆਂਦੇ ਨੂੰ ਪੈਗ ਲਾ ਕੇ। ਜਦੋਂ ਮੀਟ ਬਣਾਉਣ ਲੱਗਿਆ, ਗੱਲਾਂ ਤੇ ਗੱਲਾਂ ਵੀ ਪਤਾ ਨੀ ਕਿੱਡਾ ਕੁ ਸ਼ੈਫ ਰਿਹਾ ਹੋਇਆ, ਸਾਰਾ ਕੁਝ ਬਣ ਗਿਆ, ਚੁੱਲ੍ਹੇ 'ਚ ਮਾਰੀ ਲੱਤ। ਹਲਵਾਈ ਰੱਖਿਆ ਸੀ ਉਹ, ਪੀ ਲੈ। ਕੀ ਆ ਉਹ ਚਾਹ ਕਰ ਲਿਆ? ਮੈਂ ਤਾਂ ਪੀਂਦਾ ਨੀ ਚਾਹ, ਤੈਨੂੰ ਪਤਾ ਤਾਂ ਹੈਗਾ ਮੇਰਾ। ਯਾਰ ਚਾਹ ਕਿਉਂ ਨੀ ਪੀਂਦਾ ਨਾਨੇ ਤੂੰ? ਮੈਨੂੰ ਤਾਂ ਕਈ ਸਾਲ ਹੋ ਗਏ ਚਾਹ ਛੱਡੀ ਨੂੰ, ਮੈਂ ਤਾਂ ਚਾਹ ਪੀਤੀ ਨੀ। ਯਾਰ ਮੈਂ ਤਾਂ ਤਈਆਂ ਇੰਨੀ ਸਵਾਦ ਚਾਹ ਬਣਾ ਕੇ ਲਿਆ, ਦੁੱਧ 'ਚ ਬੱਤੀ ਠੋਕਤੀ ਤੇ ਵਿੱਚ ਦੋ ਤਿੰਨ ਇਲਾਇਚੀਆਂ ਠੋਕਦੀਆਂ, ਲੌਂਗ ਠੋਕਤੇ, ਆਪਣੇ ਹਾਥੀ ਸੁੰਡ ਠੋਕ ਦਿੱਤਾ ਸਾਰਾ। ਮੈਂ ਤਾਂ ਦੇਖਦਾ ਤੂੰ, ਮੈਂ ਤਾਂ ਕਾੜਾ ਬਣਾ ਲਿਆ ਤੀ ਮੇਰੇ ਯਾਰ, ਇੰਨੀ ਸਵਾਦ ਚਾਹ ਤੂੰ ਪੀਂਦਾ ਹੈਗਾ ਤੂੰ ਨੀ? ਯਾਰ ਇਸ ਚਾਹ ਪਿੱਛੇ ਤਾਂ ਲੋਕ ਮਰਦੇ ਫਿਰਦੇ ਨੇ, ਚਾਹ ਵੇਚ ਕੇ ਬਣਾ ਕੇ ਤਾਂ ਬੰਦਾ ਮੰਤਰੀ ਬਣ ਜਾਂਦਾ, ਮੁੱਖ ਮੰਤਰੀ, ਪ੍ਰਧਾਨ ਮੰਤਰੀ। ਯਾਰ ਤੂੰ ਚਾਹ ਨੀ ਪੀ ਰਿਹਾ? ਤੂੰ ਮੇਰੀ ਗੱਲ ਕਿਉਂ ਨੀ ਸੁਣਦਾ? ਦੇਖ ਮੈਂ ਤਾਂ ਐਡੀ ਦੂਰ ਦਾ ਸਰ ਤੂੰ ਹੁਣ ਆਦਾ ਨਾ ਨੇ, ਉਹ ਗੱਲ ਤਾਂ ਸੁਣ ਲੈ ਮੇਰੀ। ਮੈਂ ਤਾਂ ਦੇਖ ਪੁੱਤ ਜਦੋਂ ਲਾਹੌਰ ਜਾਂਦਾ ਉੱਥੇ ਵੀ ਨੀ ਕਦੇ ਚਾਹ ਮੈਂ ਪੀਤੀ ਹੈਗੀ। ਹੈਂ ਦੱਸ ਫਿਰ ਹੁਣ ਐਂ ਕਿਉਂ ਕਰਦਾ? ਮੈਂ ਤਾਂ ਪਿਆਰ ਨਾਲ ਬਣਾ ਕੇ ਲਿਆਈ ਤੀ। ਹਟਦਾ ਨਹੀਂ ਤੂੰ ਫਿਰ, ਤੂੰ ਐਂ ਕਰ ਪੁੱਤ ਫਿਰ ਮੇਰੇ ਵਾਸਤੇ ਨਾ ਇੱਕ ਘੁੱਟ ਲਿਆ ਦੇ ਚਾਹ ਦੀ। ਤੂੰ ਤਾਂ ਪਾਉਣਾਗੇ ਗਲਾਸੇ ਦੀ ਇਹ, ਮੈਂ ਤੈਨੂੰ ਕਿਹਾ ਨਾ ਘੁੱਟ ਲਿਆ ਦੇ, ਮੈਂ ਤੇਰਾ ਦਿਲ ਨਹੀਂ ਤੋੜਦਾ, ਠੀਕ ਆ? ਲਿਆ ਦੇ ਇੱਕ ਘੁੱਟ ਲਿਆ ਦੇ ਪੁੱਤ ਬਣ ਕੇ। ਇਹ ਬੜੇ ਰਿਸ਼ਤੇਦਾਰਾਂ ਦੇ ਦੀਦੀ ਸੌਂ ਲੱਗੇ, ਹਰੇਕ ਜਿਹੜਾ ਆਉਂਦਾ ਰਿਸ਼ਤੇਦਾਰ ਕਹਿੰਦਾ ਘੁੱਟ ਕੇ ਚਾਹ ਬਣਾ ਦੇ ਘੁੱਟ ਕੇ। ਐਂ ਕੀ ਉਹਨੇ ਦੱਸਿਆ ਓਏ ਤੂੰ ਸਿਆਣਾ ਗਾ, ਸਿਆਣਾ ਗਾ ਤੂੰ। ਓ ਯਾਰ ਉਹ ਚਾਂਪੜ ਜਾਂਦੇ ਨੇ ਰਿਸ਼ਤੇਦਾਰ ਜੇ ਆ ਕੇ ਪੀ ਲਿਆ ਦੇ, ਇੱਕ ਘੁੱਟ ਲਿਆ ਦੇ ਆਪਦੇ ਘਰ ਜੇ ਬਾਲਟੀ ਦੇ ਬਾਲਟੀਆਂ ਪੀਂਦੇ ਹੁਣ, ਉਹਦੇ ਆ ਕੇ ਰਿਸ਼ਤੇਦਾਰ ਜੇ ਘੁੱਟ ਕੇ ਲਿਆ ਦੇ। ਚੰਗਾ ਚੰਗਾ, ਸਮਝ ਹੀ ਨਹੀਂ ਆਉਂਦੀ ਇਹਦੀ ਤਾਂ ਮੈਨੂੰ ਵੀ, ਨਾ ਜਾਂ ਤਾਂ ਦਿਮਾਗ ਮੋਟਾ ਜਾਂ ਇਹਦਾ ਦਿਮਾਗ ਹਿੱਲਿਆ ਹੋਇਆ, ਅਣਖਾਣੇ ਬਣ ਜਾਂਦੇ ਤੁਸੀਂ ਤਾਂ ਕਿਸੇ ਦੇ ਘਰੇ ਜਾ ਕੇ। ਉਹ ਤੇਰਾ ਮੈਂ ਤਾਂ ਤੈਨੂੰ ਉਹੀ ਕਲੰਨ ਸਮਝੀ ਗਿਆ, ਮੈਂ ਤਾਂ ਤੈਨੂੰ ਉਹੀ ਮੂਰਖ ਸਮਝੀ ਗਿਆ। ਤੂੰ ਮੈਨੂੰ ਐਂ ਦੱਸ ਵੀ ਆਹ ਇੱਕ ਘੁੱਟ ਤੈਂ ਕਾਹਦੇ ਨਾਲ ਮਿਲੀ ਤੀ? ਸੁਣਤਾ ਲੈ ਤੂੰ, ਮੈਂ ਤੈਨੂੰ ਐਂ ਕਹਿਣਾ ਵੀ ਆਹ ਇੱਕ ਘੁੱਟ ਤੂੰ ਕਾਹਦੇ ਨਾਲ ਮਿਲੀ ਤੀ? ਮੈਂ ਜਦੋਂ ਅੰਦਰ ਗਿਆ, ਹਾਂ ਆਹ ਮੇਰੇ ਸਾਰੇ ਰਿਸ਼ਤੇਦਾਰਾਂ ਦੀ ਆਹ ਗੱਲ ਬੜੀ ਭੈੜੀ ਲੱਗਦੀ ਹੈ ਮੈਨੂੰ, ਕਹਿੰਦੇ ਨੇ ਇੱਕ ਘੁੱਟ
ਤਾਂ ਹੁਣ ਦੱਸ ਵੀ ਤੁਹਾਨੂੰ ਇੱਕ ਘੁੱਟ ਬੰਦਾ ਕਾਹਦੇ ਨਾਲ ਮਿਣ ਕੇ ਦੇਵੇ ਬਈ। ਕੇਰੇ ਅਣਪੀਣੇ ਕਹਾਣ ਲੱਗ ਜਾਂਦੇ ਨੇ, ਹੁਣ ਇੱਕ ਘੁੱਟ ਕਾਹਦੇ ਨਾਲ ਮਿਲਣਾ, ਮਿਲ ਲਵੇ ਕਿਹੜਾ ਕੋਈ ਮਿਲਣ ਵਾਲਾ ਕੋਈ ਭਾਂਡਾ ਦੱਸ ਇੱਕ ਘੁੱਟ। ਬਸ ਫਿਰ ਮੈਂ ਉਹੀ ਘੁੱਟੇ ਚ ਵਾਦੀ ਉਹੀ ਤੂੰ ਪੀ ਗਿਆ। ਕਿਹੜਾ ਮੈਂ ਚੂਹੇ ਵਾਲੀਆਂ ਗੋਲੀਆਂ ਪਾਤੀਆਂ, ਮੈਂ ਕਿਹੜਾ ਚੜਦਾ ਵਾਲਾ ਖਾਨਾ। ਗਲਤੀ ਹੋਈ, ਅਸੀਂ ਮਾਫ਼ੀ ਮੰਗਣਾ। ਓਹਨੂੰ ਬੁਲਾ, ਉਰੇ ਬੁਲਾ ਓਹਨੂੰ। ਡਰਦਾ ਮਾਰਨ ਨੀ, ਗਲਤ ਹੈ। ਪੈਰੀ ਹੱਥ ਲਾ ਦਾਂਗੇ, ਕਹਿੰਦੇ। ਅੱਛਾ, ਪੈਰੀ ਹੱਥ ਲਾ ਕੇ ਮੈਥੋਂ ਮਾਫ਼ੀ ਮੰਗਣਗੇ। ਆ ਜਾ ਪਰਾਂ ਨਿਬੜੂ ਮਸਲਾ ਯਾਰ, ਕਾਹ ਹੋਣਗੇ ਯਾਰ ਤੇਰੀ ਲਾਉਣੀ ਮੇਰੇ ਭਾਈ। ਆ ਜਾ ਮੇਰਾ ਵੀਰ, ਹਾਈ ਮੜਾ ਹਿੰਮਤ ਨਾਲ ਆ ਜਾ। ਲੈ ਠੀਕ ਹੈ ਮਾਸੀ, ਆ ਜਾ, ਆ ਕੇ ਗਲਤੀ ਮੰਨ ਲਾਂਗੇ। ਚੰਗਾ ਭਾਈ, ਚਾਹ ਚ ਪੀ ਲਈ? ਚਾਹ ਪੁੱਛ ਲਈ ਦੀ? ਓ ਬਸ ਭਾਈ, ਚਾਹ ਕਿੱਥੇ ਪੁੱਛ ਲਾਂ ਦੀ, ਸਰ ਤਾਂ ਪੈ ਗਏ ਬੰਨੇ। ਮੈਂ ਕਰਾਂ ਕੀ, ਮੇਰੇ ਤਾਂ ਕਾਲਜਾ ਮੱਚ ਗਿਆ। ਹੁਣ ਤਾਂ ਕੋਈ ਨਾ ਮਾਸੀ, ਜਮਾ ਠੰਡਾ ਹੋ ਗਿਆ, ਆ ਜਾ ਚੱਲੀ ਆਪਾਂ। ਗੋਲੋ ਕਿੰਨੀ ਮਾੜੀ ਕਰਤੀ, ਇੰਨੀ ਤਾਕੜੀ ਹੁੰਦੀ ਸੀਗੀ ਪਹਿਲਾਂ ਇਹ। ਕਿੰਨੀ ਜੂ ਬਾਤ ਵੈ ਮਾੜੀ ਕਰਨ ਨੂੰ ਮੇਰੇ ਯਾਰ, ਤੁਸੀਂ ਤਾਂ ਜੱਗ ਜਹਾਨ ਦੀਆਂ ਗੱਲਾਂ ਪਤਾ ਨੀ ਕਿੱਥੋਂ ਲਿਆਉਂਦੇ ਹੋ। ਉਹ ਤੇਰੀ ਕੁੜੀ ਮਤਲਬ ਇਹਦੇ ਆਲੇ ਦੁਆਲੇ ਹੋਈ ਰਹਿੰਦੀ, ਇਹਦਾ ਦੱਸ ਕੀ ਕਰਾਂ ਮੈਂ। ਇਸ ਵਰਗੀ ਮੈਸ ਹੈ ਇਹਦੇ, ਕਿਧਰੇ ਹਾਰ ਪਾ ਕੰਨ ਚੋ ਲੋਗੋ ਲਾਤਾ ਹੈ। ਉਹ ਇਹ ਤਾਂ ਮੈਂ ਮਾੜਾ ਮੋਟਾ ਜਿਹੜੀਆਂ ਆਪਣਾ ਦੀਆਂ ਮੈਸਾਂ ਨੇ ਉਹਨਾਂ ਤੋਂ ਬੈੜੀ ਖੋਲ ਕੇ ਬੰਨਤੀ, ਔਰ ਇੱਕ ਕੱਟੀ ਬੰਨਤੀ ਵੀ ਤਾਂ ਜੀ ਲੱਗ ਜੂਗਾ। ਇਹ ਤਾਂ ਜਮੀ ਮੇਰੇ ਥਾਲੀ ਦੇ ਹੱਡ ਨੀ ਗਿਣੇ ਜਾਂਦੇ ਜੇ ਮੈਂ ਇਕੱਲੀ ਛੱਡਤੀ। ਇਹਦਾ ਘਰੇ ਵੀ ਮੈਨੂੰ ਐਂ ਕਹਿੰਦੀ, ਮੈਨੂੰ ਉੱਥੇ ਛੱਡ ਕੇ ਆ, ਮੇਰੀ ਭੈਣ ਕੋਲੇ ਛੱਡ ਕੇ ਆ, ਤਾਂ ਹੀ ਛੱਡੀ ਆ ਮੈਂ ਇਹ। ਭੈਣ ਦੀ ਤਾਂ ਬੋਲਦੀ ਸੀ। ਹਾਂ ਗੱਲਾਂ ਕਰਦੀ ਆ ਤਾਂ ਪੂਰੀਆਂ। ਨਾਲੇ ਬਾਲੀਆਂ ਗੱਲਾਂ ਨਾ ਮਾਰ, ਉਹ ਪ੍ਰਾਹੁਣੇ ਦਾ ਫੋਨ ਆਇਆ ਜੇ ਜਾ ਕੇ ਆ, ਜੇ ਕਹੇ ਮੈਂ ਨਾਲ ਚੱਲਦਾ। ਉਹ ਤੂੰ ਕੀ ਕਰਾਂ, ਪੈਰੀ ਇੱਥੇ ਮੇਰੇ ਲਾਣਗੇ ਯਾਰ ਉਹ। ਬਾਗ ਚੱਲਦਾ, ਕੀ ਖਾਂਦੀ ਆ ਬੁੜੀ ਤੁਹਾਡੀ? ਤੇਰਾ ਮਾਈ
ਮੇਰੀ ਥਾਣੇ ਦਰਬਾਰੀ ਚੱਲਦੀ ਹੈ ਸੱਚ ਪਤਾ ਹੈ ਤੈਨੂੰ ਜੇ ਮਾਂ ਫਿਰ ਇਹਨੂੰ ਕਿਹੜਾ ਅਕਲ ਆ ਤੂੰ ਐ ਤਾਂ ਦੱਸ ਦੇ ਕਿਉਂ ਮੇਰੇ ਪੁੱਤ ਨੂੰ ਕੀ ਹੋਇਆ ਨੀ ਅਕਲ ਨੂੰ ਘਰੋਂ ਖੋ ਕੇ ਆਉਂਦਾ ਕੁਛ ਤੇਰਾ ਪੁੱਤ ਆ ਨਾ ਤਾਂ ਤੂੰ ਇਹਦੀ ਸਾਈਡ ਲੈਣੀ ਆ ਕਿਸੇ ਦੇ ਚੱਲੇ ਲੱਤ ਮਾਰੂਗਾ ਅਗਲੇ ਨੂੰ ਬਖਸ਼ੂਗਾ ਪਹਿਲਾਂ ਐਂ ਦੱਸ ਕਿਉਂ ਬਖਸ਼ਣ ਨੂੰ ਦੱਸ ਇਹਨੇ ਕੀ ਕਰਤਾ ਤੈਨੂੰ ਦੱਸੀ ਤਾਂ ਜਾਂਦੇ ਨੇ ਵੀ ਕੀ ਕੀਤਾ ਫਿਰ ਨਾ ਬਿਠਾਉਂਦੇ ਉਹਨੂੰ ਭਾਈ ਰਿੰਨਣ ਵਾਸਤੇ ਉਹ ਹਲਵਾਈ ਸੀ ਪਿੱਛੇ ਤਾਂ ਉਹਨਾਂ ਦੇ ਪਿਆ ਸੀਗਾ ਇਹ ਜਾਣ ਕੇ ਨਹੀਂ ਸੀ ਅਗਲੇ ਬਿਠਾਉਂਦੇ ਨਹੀਂ ਜਦੋਂ ਆਪ ਹੀ ਤੂੰ ਹੀ ਮੂਹਰੇ ਅੰਮਾ ਖੋਟ ਕੱਢੀ ਜਾਂਦੀ ਆ ਫਿਰ ਉਹ ਤਾਂ ਕੱਢਣਗੇ ਬਗਾਨੇ ਤਾਂ ਬਈ ਮੈਂ ਨਹੀਂ ਉਹਨਾਂ ਨੂੰ ਕੁਛ ਵੀ ਕਹਿ ਸਕਦੀ ਮੇਰੀ ਬਹੁਤ ਇੱਜ਼ਤ ਕਰਦੇ ਨੇ ਠੀਕ ਹੈ ਨਾ ਨਾਲ ਉਹਨੂੰ ਮੇਰੇ ਮਾਂ ਪਿਓ ਦਾ ਪਤਾ ਆ ਅੱਛਾ ਹਾਂ ਦੇਖ ਲੈ ਤੂੰ ਇਹਨੂੰ ਸਮਝਾ ਕੇ ਰੱਖਿਆ ਕਰ ਨਹੀਂ ਮੈਂ ਇਹਨੂੰ ਕਿੱਥੋਂ ਸਮਝਾ ਲਾਂ ਜੇ ਉਹਦੇ ਘਰ ਵਾਲੀ ਹੋਵੇ ਉਹਨੂੰ ਸਮਝਾ ਲੈ ਮਾਂ ਦੀ ਕੌਣ ਸੁਣਦਾ ਹੁੰਦਾ ਐਡੇ ਐਡੇ ਜਵਾਕ ਹੋ ਕੇ ਫਿਰ ਤੂੰ ਵਿਆਹ ਕਰ ਦੇ ਨਾ ਉਹਦਾ ਨਹੀਂ ਮੈਂ ਤੈਨੂੰ ਉਹੀ ਤਾਂ ਕਹਿਣਾ ਚਾਹੁੰਦੀ ਹਾਂ ਮੈਂ ਕਿੱਥੇ ਕਰ ਸਕਦੀ ਹਾਂ ਤੂੰ ਕਰ ਸਕਦੀ ਹਾਂ ਉਹਦਾ ਵਿਆਹ ਨਾਲੇ ਜੇ ਤੂੰ ਉਹਨੂੰ ਰਿਸ਼ਤਾ ਕਰਾ ਦੇ ਮੈਂ ਤਾਂ ਸੱਚੀ ਤੈਨੂੰ ਝਬੂਲੀਆਂ ਵਾਲੇ ਪਾ ਉਹਨੂੰ ਤਾਂ ਕੋਈ ਡੰਗਰ ਨਾ ਦੇਵੇ ਹਜੇ ਤੂੰ ਵੋਟ ਹੀ ਮੰਗਦੀ ਉਹਦੇ ਵਾਸਤੇ ਨਹੀਂ ਕੋਈ ਨਾ ਆਸੇ ਪਾਸੇ ਤੋਂ ਨਿਗਾਹ ਮਾਰ ਲੈ ਐਡਾ ਵੀ ਮੇਰਾ ਪੁੱਤ ਮਾੜਾ ਨੀ ਸੁੱਖ ਨਾ ਚੋਬਰ ਹੈ ਕੋਈ ਨੀ ਦੇਖਾਂਗੇ ਆ ਚੱਲੀ ਆ ਜਾ ਲੈ ਆ ਜਾ ਕੀ ਮੇਰੇ ਤਾਂ ਯਾਦ ਆ ਗਿਆ ਸੱਚ ਆ ਤੇਰੇ ਤਾਈ ਕੋਲੇ ਜਾ ਆਵਾਂ ਨਹੀਂ ਤਾਂ ਮਾੜਾ ਜਿਹਾ ਕੰਮ ਹੈ ਹਾਂ ਤੇ ਨਾਲੇ ਮੈਂ ਫੜ ਲਿਆ ਸਬਜ਼ੀ ਹੱਟ ਤੋਂ ਤੂੰ ਚੱਲ ਮੈਂ ਆਈ ਚੰਗਾ ਟਾਈਮ ਨਾਲ ਆ ਜੀ ਘਰੇ ਆ ਜਾਊਗਾ ਉਹ ਮੁੜ ਕੇ ਮੇਰੇ ਦੁਆਲੇ ਹੋ ਜੂ ਬੋਲੀ ਜਾਊਗਾ ਬਕ ਬਕ ਕਰਦਾ ਚੰਗਾ ਕੋਈ ਨੀ ਆ ਜੀ ਖੜਾ ਹੈ ਮੇਰਾ ਇੱਜ਼ਤ ਕਰ ਸੱਤੇ ਦੀ ਜੇ ਪਹਿਲੀ ਮਾਰਨਾ ਦੀ ਨਾ ਫਿਰ ਮਾਫੀਆਂ ਕੋ ਮੰਗਦੇ ਫਿਰਦੇ ਹੁਣ ਪਹਿਲੀ ਨਾ ਮਾਰਦੇ ਮੇਰੀ ਗੱਲ ਸੁਣ ਮੈਂ ਮਾਫੀ ਮੰਗਾ ਕੇ ਆਪਦੀ ਬੇਇੱਜ਼ਤੀ ਨਹੀਂ ਕਰ ਰਿਹਾ ਨਾ ਮੈਂ ਤਾਂ ਤੁਹਾਨੂੰ ਵੱਡਾ ਬਣ ਗਿਆ ਮੈਂ ਤੁਹਾਨੂੰ ਮਾਫ਼ ਕਰਕੇ ਮੈਂ ਤਾਂ ਆਟੋਮੈਟਿਕੀ ਸਭ ਪੈਰੀ ਹੱਥ ਲਾਣੇ ਨੇ ਲਾ ਦੋ ਪੈਰੀਆਂ ਦੇਖ ਕਿਵੇਂ ਉੱਡਿਆ ਹੁਣ ਨਾ ਨਾ ਪੂਰਾ ਵੀ ਨੀ ਬਈ ਨਾ ਸੁਧਰੇ ਮੈਂ ਕਹਿੰਦਾ ਸੀ ਮਾਫੀ ਵਾਲਾ ਪ੍ਰੋਗਰਾਮ ਕਿਤੇ ਫੇਰ ਹੈ